ਪੰਜਾਬੀ ਰੇਡੀਓ ਯੂ ਐਸ ਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂ ਐਸ ਏ ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਪ੍ਰੋਗਰਾਮ ਅੱਜ ਦੀ ਸਵੇਰ, ਜਿਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅਮਰੀਕਾ ਦੇ ਵਿੱਚ ਜੋ ਕੁਛ ਵੀ ਘਟ ਰਿਹਾ ਆ ਉਸ ਦੇ ਬਾਰੇ ਜਿਹੜੀ ਆਪਣੀਆਂ ਚਰਚਾਵਾਂ ਹੋਣਗੀਆਂ। ਅਤੇ ਮੇਰੇ ਨਾਲ ਪ੍ਰੋਗਰਾਮ ਅੱਜ ਦੀ ਸਵੇਰ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਯੂ ਐਸ ਏ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵੀ ਸਾਡੇ ਸਰੋਤੇ ਜਿਹੜੇ ਸਾਡੇ ਫਰਿਜਨੋ ਸਟੇਸ਼ਨ 1300 AM, ਜੁਬਾ ਸਿਟੀ 1450 AM, ਸੈਕਰਾਮੈਂਟੋ 1470 AM ਅਤੇ ਹੋਰ ਜਿੰਨੇ ਵੀ ਜਿਹੜੇ ਸਾਡੇ ਸਟੇਸ਼ਨ ਸਾਈਡਬੈਂਡ ਵਾਲੇ ਆਈਫੋਨ ਐਪ ਅਤੇ ਹੋਰਨਾਂ ਦੇ ਉੱਤੇ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ, ਅਤੇ ਫੇਸਬੁੱਕ ਦੇ ਉੱਤੇ ਵੀ ਆਪਾਂ ਜੁੜ ਚੁੱਕੇ ਹਾਂ, ਸੋ ਉਹਨਾਂ ਨੂੰ ਵੀ ਜੀ ਆਇਆਂ ਨੂੰ ਆ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਅਤੇ ਸੋਤਿਓ ਵੱਖ ਵੱਖ ਗੱਲਾਂ ਬਾਤਾਂ ਜਿਹੜੀਆਂ ਉਹ ਆਪਾਂ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਪਹਿਲਾਂ ਨਾ ਰਾਜਕਰਨਵੀਰ ਸਿੰਘ ਜੀ, ਇੱਕ ਜਿਹੜੇ ਜਿੰਨੇ ਅੱਜ ਦੀਆਂ ਜਿਹੜੀਆਂ ਆਪਾਂ ਖਬਰਾਂ ਸਾਂਝੀਆਂ ਕਰਨੀਆਂ ਆ, ਉਹ ਤੋਂ ਪਹਿਲਾਂ ਜਿਹੜਾ ਸੈਚਰਡੇ ਨੂੰ ਅਸੀਂ ਇੱਕ ਸਪੈਸ਼ਲ ਪ੍ਰੋਗਰਾਮ ਕੀਤਾ ਸੀ ਟਰੈਕਿੰਗ ਦੇ ਨਾਲ ਰਿਲੇਟਡ ਜੀ। ਉਸ ਦਿਨ ਕੁਛ ਫੇਸਬੁੱਕ ਦੇ ਵਿੱਚ ਖਰਾਬੀ ਆ ਗਈ ਸੀ, ਉਹ ਦੁਬਾਰਾ ਕੀ ਅਪਲੋਡ ਕਰ ਦਿੱਤੀ ਕਿਉਂਕਿ ਸਾਨੂੰ ਕਾਲਸ ਬਹੁਤ ਜ਼ਿਆਦਾ ਆਈਆਂ ਵੀ ਅਸੀਂ ਪ੍ਰੋਗਰਾਮ ਜਿਹੜਾ ਉਹ ਸੁਣਨਾ ਹੈਗਾ, ਅਤੇ ਉਹ ਵਧੀਆ ਆ। ਬਹੁਤ ਸਾਰੇ ਕਈ ਵੀਰਾਂ ਦੀਆਂ ਕਾਲਾਂ ਵੀ ਆਈਆਂ ਆਲਰੇਡੀ, ਮੈਨੂੰ ਦੋਵਾਂ ਦੀਆਂ ਕਾਲਾਂ ਆਈਆਂ, ਕਹਿੰਦੇ ਅਸੀਂ ਆਲਰੇਡੀ ਲੋਡ ਚੱਕਿਆ ਵੀ ਆ ਊਬਰ ਤੋਂ ਅਤੇ ਬੜਾ ਵਧੀਆ ਸੀ, ਅਤੇ ਸਾਨੂੰ ਪੈਸੇ ਵੀ ਬਿਲਕੁਲ ਜਿੱਦਾਂ ਦੂਜੇ ਤੀਜੇ ਦਿਨ ਦੇ ਦਿੱਤੇ, ਟਾਈਮ ਨਾਲ ਮਿਲ ਗਏ। ਸੋ ਇਹਦੇ 'ਚ ਇਹ ਲੱਗਦਾ ਆ ਵੀ ਜਿੱਦਾਂ ਆਪਾਂ ਦੱਸਿਆ ਸੀ ਉਸ ਉੱਦਣ ਵੀ ਊਬਰ ਦਾ ਊਬਰ ਜਿਹੜੀ ਐਪ ਟਰੈਕਿੰਗ ਦੇ ਲਈ ਹੈਗੀ ਆ, ਉਹਦੇ ਲਈ ਜਿਹੜੇ ਇੰਡੀਪੈਂਡੈਂਟ ਡਰਾਈਵਰ ਆ ਉਹਨਾਂ ਨੂੰ ਉਹ ਬਹੁਤ ਫਾਇਦੇਮੰਦ ਹੋਊਗੀ, ਉਹਨਾਂ ਦਾ ਡਿਸਪੈਚਰ ਆ ਉਹਨਾਂ ਦਾ ਨੁਕਸਾਨ ਹੋਊਗਾ। ਬਿਲਕੁਲ ਜੀ, ਓਨਰ ਓਪਰੇਟਰਾਂ ਨੂੰ ਖਾਸ ਕਰਕੇ ਉਸਦੇ ਨਾਲ ਫਾਇਦਾ ਹੋਵੇਗਾ। ਦੇਖੋ ਜਿੱਦਾਂ ਆਪਾਂ ਊਬਰ ਦੇ ਵਿੱਚ ਝੱਟ ਟੈਕਸੀ ਜਿਹੜੀ ਆਪਣੇ ਸਾਹਮਣੇ ਆ ਜਾਂਦੀ, ਊਬਰ ਆ ਜਾਂਦੀ ਆ, ਤੁਹਾਨੂੰ ਇਹ ਪਤਾ ਲੱਗ ਜਾਂਦਾ ਕਿੱਥੇ ਆ, ਕਿੰਨੀ ਦੂਰ ਆ, ਫੋਨ ਦੇ ਉੱਤੇ ਇਕੱਲੀ ਗੱਲਬਾਤ ਦੇ ਨਾਲ ਹੀ ਨਹੀਂ, ਸਿੱਧਾ ਉੱਥੇ ਆ ਜਾਂਦਾ, ਬੰਦੇ ਦੀ ਫੋਟੋ ਆ ਜਾਂਦੀ, ਕਿਹੜੀ ਗੱਡੀ ਆਉਣੀ, ਸਾਰਾ ਕੁਛ ਆ ਜਾਂਦਾ। ਸੋ ਉਸੇ ਤਰੀਕੇ ਦੇ ਨਾਲ ਊਬਰ ਨੇ ਆਪਣਾ ਜਿਹੜਾ ਉਹ ਸਾਰਾ ਸਿਸਟਮ ਆ ਉਸਨੂੰ ਊਬਰ ਫਰੇਟ ਦੇ ਵਿੱਚ ਜਿਹੜਾ ਆ ਉਹ ਇਸਤੇਮਾਲ ਕਰ ਦਿੱਤਾ ਆ, ਅਤੇ ਕਾਫੀ ਵੱਡੀ ਇੰਡਸਟਰੀ, ਜਿੱਦਾਂ ਉੱਦਣ ਵੀ ਆਪਾਂ ਦੱਸ ਰਹੇ ਸੀ $700 billion ਪਰ ਈਅਰ ਦੀ ਜਿਹੜੀ ਟਰੈਕਿੰਗ ਦੀ ਇੰਡਸਟਰੀ ਹੈਗੀ ਆ, ਅਤੇ ਜਿਸ ਦੇ ਵਿੱਚ ਕਈ ਤਰੀਕੇ ਦੇ ਲੋਕ ਕੰਮ ਕਰਦੇ ਆ, ਡਰਾਈਵਰ ਆ, ਡਿਸਪੈਚਰ ਆ, ਬ੍ਰੋਕਰ ਆ, ਕੰਮ ਜਿਹਨਾਂ ਨੇ ਬਣਾਉਣਾ ਆ ਸਮਾਨ, ਜਿਹਨਾਂ ਨੇ ਲੋਡ ਅਨਲੋਡਿੰਗ ਕਰਨਾ, 9.5 million ਲੋਕ ਟਰੈਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਹੈਗੇ ਆ ਜੀ ਜੀ। ਸੋ ਜਿੰਨੇ ਵੀ ਸਾਡੇ ਸਰੋਤੇ ਆ, ਜਿਸ ਤਰ੍ਹਾਂ ਅੱਜ ਤੋਂ 3 ਸਾਲ ਪਹਿਲਾਂ ਮੈਂ ਊਬਰ ਟੈਕਸੀ ਦੇ ਕਾਫੀ ਸ਼ੋਅਜ਼ ਆਪਾਂ ਕਰਦੇ ਹੁੰਦੇ ਸੀ ਜੀ, ਅਤੇ ਉਹਦੇ ਆਪਣੇ ਬੰਦੇ ਜਿਹੜੇ ਆ ਬਹੁਤੇ ਯਕੀਨ ਨਹੀਂ ਕਰਦੇ ਸੀ ਵੀ ਨਹੀਂ ਜੀ ਸਾਡੇ ਏਅਰਪੋਰਟ 'ਤੇ ਨਹੀਂ ਆਉਣੀ, ਸਾਡੇ ਏਅਰਪੋਰਟ 'ਤੇ ਨਹੀਂ ਆਉਣੀ, ਸਾਡੇ ਸ਼ਹਿਰ 'ਚ ਨਹੀਂ ਆ ਸਕਦੀ। ਲਗਭਗ ਉਹਨਾਂ ਨੇ ਟੈਕਸੀ ਦਾ ਬਿਜ਼ਨਸ ਡੈਡ ਕਰ ਦਿੱਤਾ ਆ ਜੀ ਜੀ। ਸੋ ਜਿਹੜਾ ਊਬਰ ਫਰੇਟ ਦਾ ਇਹਦਾ ਵੀ ਇੱਦਾਂ ਹੀ ਹੋਣਾ ਆ, ਕਿਉਂਕਿ ਬਹੁਤ $multi-billion ਕੰਪਨੀ ਹੈਗੀ ਆ। ਸੋ ਜਿਹੜਾ ਜਿੰਨਾ ਜਲਦੀ ਜਿਹੜਾ ਇਹਦੇ 'ਚ ਇਨਵੋਲਵ ਹੋ ਜਾਊਗਾ ਉਹਨੂੰ ਫਾਇਦਾ ਰਹੂਗਾ। ਸੋ ਲੌਂਗ ਹਾਲ ਟਰੈਕਿੰਗ ਵਾਲਿਆਂ ਲਈ ਬਹੁਤ ਫਾਇਦਾ ਹੋਣਾ ਹੈ। ਜਿੱਦਾਂ ਹੁਣ ਅੱਗੇ ਕੀ ਹੁੰਦਾ ਸੀ ਵੀ ਮੰਨ ਲਓ ਵੀ ਸੈਨੋਜ਼ੇ ਤੋਂ ਸਿਆਟਲ ਚੱਲ ਗਏ ਆਪਣੇ ਜਿਹੜੇ ਡਰਾਈਵਰ ਆ, ਫਿਰ ਸਿਆਟਲ ਜਦੋਂ ਲੋਡ ਲਾ ਤਾ ਫਿਰ ਵੇਟ ਕਰੀ ਜਾਂਦੇ ਸੀ ਵੀ ਕਿੱਥੋਂ ਮਿਲੂ। ਹੁਣ ਤੁਹਾਡੇ ਕੋਲ ਊਬਰ ਫਰੇਟ ਵਾਲੀ ਐਪ ਹੋਊਗੀ, ਜਿਹੜਾ ਵੀ ਲਾਗੇ ਹੋਇਆ ਚੱਕੋ ਅਤੇ ਘਰ ਨੂੰ ਤੁਰੋ। ਹਾਂਜੀ ਬਿਲਕੁਲ ਬਿਲਕੁਲ, ਫਾਇਦਾ ਹੀ ਫਾਇਦਾ ਆ ਜੀ ਉਸ ਦੇ ਵਿੱਚ। ਅਤੇ ਉਸ ਤੋਂ ਇਲਾਵਾ ਹਰਜੋਤ ਸਿੰਘ ਜੀ, ਅੱਜ ਆਪਾਂ ਗੱਲਬਾਤ ਕਰਾਂਗੇ ਰਾਸ਼ਟਰਪਤੀ ਟਰੰਪ ਹੁਣਾਂ ਦੀ ਜਿਹੜੀ ਆ ਉਹ ਪਹਿਲੀ ਜਿਹੜੀ ਆ ਫੋਰਨ ਟ੍ਰਿਪ ਜਿਹੜੀ ਰਹੀ ਆ ਸਾਊਦੀ ਅਰੇਬੀਆ ਦੇ ਵਿੱਚ ਗਏ ਸੀ, ਉਸ ਦੇ ਬਾਰੇ ਜਿਹੜੀ ਹੋਊਗੀ। ਅਤੇ ਇਸ ਦੇ ਨਾਲ ਨਾਲ ਫੂਡ ਸਟੈਂਪ ਦੇ ਬਾਰੇ, ਮੈਡੀਕੇਡ ਦੇ ਬਾਰੇ, ਜਿਹੜਾ ਬਜਟ ਦੇ ਵਿੱਚ ਕੀ ਗੱਲਬਾਤ ਹੋ ਰਹੀ ਆ ਉਹ ਆਪਾਂ ਗੱਲਬਾਤ ਕਰਾਂਗੇ। ਸੁਪਰੀਮ ਕੋਰਟ ਨੇ ਇੱਕ ਅਹਿਮ ਫੈਸਲਾ ਜਿਹੜਾ ਨੌਰਥ ਕੈਰੋਲੀਨਾ ਦੇ ਜਿਹੜਾ ਵੋਟਿੰਗ ਰਾਈਟਸ ਨੂੰ ਲੈ ਕੇ ਜਿਹੜਾ ਲਿਆ ਆ ਉਸ ਦੇ ਬਾਰੇ ਜਿਹੜੀ ਆਪਾਂ ਉਹ ਗੱਲਬਾਤ ਕਰਾਂਗੇ। ਸੋ ਹੋਰ ਵੀ ਹਰਜੋਤ ਸਿੰਘ ਜੀ ਕਿਹੜੀਆਂ ਗੱਲਾਂ ਆਪਾਂ ਕਰਨੀਆਂ? ਸੋ ਇੱਕ ਬੋਟਲਿਜ਼ਮ ਕਰਕੇ ਵਾਇਰਸ ਆ ਜਿਹਦੇ ਨਾਲ ਜਿੱਦਾਂ ਇੱਕ ਆਪਣੇ ਪੰਜਾਬੀ ਦਾ ਗੈਸ ਸਟੇਸ਼ਨ ਸੀ ਉੱਥੋਂ ਬਹੁਤ ਸਾਰੇ ਲੋਕ ਖਾ ਕੇ ਬਿਮਾਰ ਹੋਏ ਆ, ਉਹ ਆਪਾਂ ਦੱਸਾਂਗੇ ਵੀ ਉਹ ਕਿੱਦਾਂ ਵਾਇਰਸ ਹੁੰਦਾ ਤਾਂ ਕਿ ਆਪਣੇ ਜਿਹੜੇ ਹੋਰ ਪੰਜਾਬੀ ਭੈਣ ਭਰਾ ਆ ਉਹ ਕੇਅਰਫੁੱਲ ਰਹਿਣ। ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਫੂਡ ਸਟੈਂਪ ਅਤੇ ਜਿਹੜਾ ਮੈਡੀਕੇਡ ਆ ਉਹਦੇ ਵਿੱਚ ਵੀ ਕੱਟ ਕੀਤਾ ਆ, ਅਤੇ ਅਸੀਂ ਟਰਾਈ ਕਰਾਂਗੇ ਰਾਜਕਰਨਵੀਰ ਸਿੰਘ ਜੀ 9 ਵਜੇ ਦੇ ਕਰੀਬ ਇੰਡੀਆਨਾ ਤੋਂ ਗੁਰਿੰਦਰ ਸਿੰਘ ਖਾਲਸਾ ਹੈਗੇ ਆ, ਉਹਨਾਂ ਨੇ ਕਾਫੀ ਜਿਹੜਾ ਕੰਮ ਕੀਤਾ ਹੈਗਾ ਸਿੱਖ ਅਵੇਅਰਨੈਸ ਦਾ, ਅਗਰ ਉਹ ਸਾਡੇ ਨਾਲ ਕਨੈਕਟ ਹੋਏ ਤੇ ਉਹਨਾਂ ਦੇ ਨਾਲ ਆਪਾਂ ਡਿਸਕਸ ਕਰਾਂਗੇ ਵੀ ਉਹਨਾਂ ਨੇ ਕੀ ਕੀ ਕਰ ਰਹੇ ਉਹ ਆਪਣੀ ਸਟੇਟ ਦੇ ਵਿੱਚ ਜੀ। ਬਿਲਕੁਲ,
ਜੀ ਅਤੇ ਹਰਜੋਤ ਸਿੰਘ ਜੀ, ਸਭ ਤੋਂ ਪਹਿਲਾਂ ਜੇ ਆਪਾਂ ਗੱਲਬਾਤ ਕਰੀਏ, ਰਾਸ਼ਟਰਪਤੀ ਟਰੰਪ ਹੋਣਾ ਦੇ ਜਿਹੜਾ ਪਹਿਲਾ ਫੋਰਨ ਦਾ ਜਿਹੜਾ ਦੌਰਾ ਸੀਗਾ, ਬਾਹਰਲੇ ਮੁਲਕ ਦਾ ਦੌਰਾ, ਉਸ ਦੇ ਵਿੱਚ ਸਭ ਤੋਂ ਪਹਿਲਾਂ ਮਿਡਲ ਈਸਟ ਦੇ ਵਿੱਚ ਗਏ ਆ, ਸਾਊਦੀ ਅਰੇਬੀਆ ਦੇ ਜਿਹੜੇ ਦੇਸ਼ ਆ ਉੱਥੇ ਉਹ ਪਹੁੰਚੇ ਆ, ਉੱਥੇ ਉਹਨਾਂ ਨੇ ਜਿਹੜੇ ਉੱਥੋਂ ਦੇ ਰਾਜੇ ਆ ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਕੀਤੀ ਆ, ਗੱਲਬਾਤ ਜਿਹੜੀਆਂ ਉੱਥੇ ਹੋਈਆਂ ਆ, ਅਤੇ ਉੱਥੇ ਵਿਵਾਦ ਵੀ ਰਿਹਾ, ਗੱਲਾਂ ਬਾਤਾਂ ਵੀ ਹੋਈਆਂ। ਰਾਸ਼ਟਰਪਤੀ ਟਰੰਪ ਕਹਿੰਦੇ ਆ ਵੀ ਬੜਾ ਵਧੀਆ ਰਿਹਾ ਜਿਹੜਾ ਮੇਰਾ ਦੌਰਾ, ਜਿਹੜੇ ਕ੍ਰਿਟਿਕ ਆ ਉਹ ਕਹਿੰਦੇ ਵੀ ਇੱਥੇ ਜਿਹੜੀ ਹਿਪੋਕ੍ਰੇਸੀ ਆ ਉਹ ਝਲਕੀ ਆ। ਸੋ ਕਾਫੀ ਕੁਛ ਜਿਹੜਾ ਇਸ ਦੇ ਵਿੱਚ ਹਰਜੋਤ ਸਿੰਘ ਜੀ ਹੋਇਆ। ਸੋ ਸਰੋਤਿਆਂ ਨੂੰ ਵੀ ਬੇਨਤੀ ਆ, ਜੇ ਤੁਹਾਨੂੰ ਵੀ ਇਸ ਦੇ ਬਾਰੇ ਤੁਹਾਡਾ ਵੀ ਕੋਈ ਆਪਣਾ ਵੀ ਵਿਚਾਰ ਹੋਇਆ ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ 408-272-5100 ਦੇ ਉੱਤੇ। ਬੜੀਆਂ ਵੱਖ ਵੱਖ ਜਿਹੜੀਆਂ ਚੀਜ਼ਾਂ ਆ ਉੱਥੇ ਦੇਖਣ ਨੂੰ ਸੁਣਨ ਨੂੰ ਹਰਜੋਤ ਸਿੰਘ ਜੀ ਮਿਲੀਆਂ। ਰਾਸ਼ਟਰਪਤੀ ਟਰੰਪ ਉੱਥੇ ਜਿਹੜੇ ਸਾਊਦੀ ਅਰੇਬੀਆ ਦਾ ਅਫੀਸ਼ੀਅਲ ਡਾਂਸ ਆ ਉਸ ਦੇ ਵਿੱਚ ਨਾਲ ਜਿਹੜੇ ਨੱਚ ਰਹੇ ਸੀ ਉਹਨਾਂ ਦੇ ਨਾਲ ਨੱਚਦੇ ਹੋਏ ਵੀ ਜਿਹੜੇ ਆ ਉਹ ਨਜ਼ਰ ਆਏ। ਸੋਨੇ ਦੀ ਵੀ ਵੱਡੀ ਸਾਰੀ ਇਹਨਾਂ ਨੂੰ ਜਿਹੜੀ ਇੱਕ ਚੈਨੀ ਦਿੱਤੀ ਗਈ ਆ, ਸੰਗਲੀ ਲੱਗਦਾ ਸੀ ਮੈਨੂੰ ਤਾਂ ਉਹ ਕਾਫੀ ਮੋਟਾ ਸਾਰਾ ਸੀ। ਇਹ ਉਹਨਾਂ ਨੂੰ ਇੱਦਾਂ ਜੇ ਇੰਡੀਅਨ ਵਾਲੇ ਹੁੰਦੇ ਤਾਂ ਕਹਿੰਦੇ ਰਿਵਾਜ਼ ਜਿਹਾ ਹੁੰਦਾ ਹੈ ਜਵਾਈ ਨੂੰ ਪਾਉਂਦੇ ਹੁੰਦੇ ਕਿਤੇ ਜਦੋਂ ਕਿਤੇ ਆਇਆ ਹੋਵੇ। ਸੋ ਇਹ ਨਾ ਉਹ ਕਿਤੇ ਸੋਚਦੇ ਹੋਣ। ਬਾਕੀ ਉਹਦੀ ਕੁੜੀ ਨੂੰ ਵੀ ਉਹਦੀ ਜਿਹੜੀ ਇੱਕ ਵੱਖਰੀ ਹੈ ਉਹਦੀ ਚੱਲਦੀ ਆ ਔਰਗਨਾਈਜੇਸ਼ਨ, ਉਸ ਨੂੰ ਜਿਹੜੀ $100 million ਦੀ ਜਿਹੜੀ ਆ ਉਹ ਸਹਾਇਤਾ ਸਾਊਦੀ ਅਰੇਬੀਆ ਮੁਲਕ ਵੱਲੋਂ ਦਿੱਤੀ ਗਈ ਆ। ਬਾਕੀ ਜਿਹੜੀ ਸਭ ਤੋਂ ਵੱਡਾ ਜਿਹੜਾ ਰੌਲਾ ਰਿਹਾ ਜਿਹੜਾ ਆਰਮਸ ਡੀਲ ਦਾ ਆ, ਬਿਲੀਅਨਸ ਆਫ ਡਾਲਰ ਦੀ ਜਿਹੜੀ ਆਰਮ ਡੀਲ ਆ ਸਾਊਦੀ ਅਰੇਬੀਆ ਨੂੰ ਦਿੱਤੀ ਗਈ ਆ, ਲੋਕ ਇੱਥੇ ਕਾਫੀ ਨਾਖੁਸ਼ ਜਿਹੜੇ ਉਸ ਦੇ ਉੱਤੇ ਨਜ਼ਰ ਆਏ। ਕਹਿੰਦੇ ਕਾਰਨ ਉਸ ਦੇ ਵਿੱਚ ਇਹ ਦੱਸਦੇ ਆ ਵੀ ਜਿਹੜਾ $100 billion ਹਰਜੋਤ ਸਿੰਘ ਜੀ ਉਹਨਾਂ ਨੇ ਆਰਮ ਡੀਲ ਕੀਤੀ ਹੈ ਸਾਊਦੀ ਅਰੇਬੀਆ ਨਾਲ, ਅਮਰੀਕਾ ਨੇ ਇੰਨੇ ਹਥਿਆਰ $100 billion ਬੀ ਬੋਏ ਵਾਲਾ ਉਸ ਦੇ ਹਿਸਾਬ ਦੇ ਨਾਲ ਜਿਹੜੇ ਉਹਨਾਂ ਨੇ ਦੇਣੇ ਆ ਹਥਿਆਰ। ਅਤੇ ਸਭ ਨੂੰ ਇਹ ਰੌਲਾ ਇਸ ਲਈ ਪਾਇਆ ਵੀ ਸਭ ਨੂੰ ਪਤਾ ਵੀ ਸਾਊਦੀ ਅਰੇਬੀਆ ਦੇ ਜਿਹੜਾ ਸਿੱਧਾ ਹੱਥ ਸੀਗਾ ਵੀ ਜਿਹੜਾ ਅਲਕਾਇਦਾ ਆ ਜਿਸ ਨੇ ਅਮਰੀਕਾ ਦੀ ਸਿਕਿਉਰਿਟੀ ਨੂੰ ਤਹਿਸ ਨਹਿਸ ਕੀਤਾ ਸੀ, ਅਮਰੀਕਾ ਨੂੰ ਇੱਕ ਐਸੇ ਡਾਊਨਵਰਡ ਸਪਾਇਰਲ ਦੇ ਵਿੱਚ ਸਿਕਿਉਰਿਟੀ ਦੇ ਵਿੱਚ ਘੱਲਿਆ ਸੀ ਵੀ ਅਜੇ ਤੱਕ ਵੀ ਉੱਥੋਂ ਪੂਰੀ ਤਰ੍ਹਾਂ ਉੱਭਰ ਜਿਹੜਾ ਉਹ ਨਹੀਂ ਪਾਇਆ ਵੀ ਉਸ ਮੁਲਕ ਨੂੰ ਜਿਹੜਾ ਆ ਉਹ ਜਾ ਕੇ ਤੁਸੀਂ ਇੰਨੇ ਜਿਹੜੇ ਮਾਰੂ ਹਥਿਆਰ ਆ ਇੰਨੇ ਜਿਹੜੇ ਆ ਬਿਲੀਅਨਸ ਆਫ ਡਾਲਰ ਦੇ ਹਥਿਆਰ ਜਿਹੜੇ ਆ ਉਹ ਮੁਹੱਈਆ ਕਰਾ ਰਹੇ ਹੋ। ਸੋ ਪਰ ਇੱਥੇ ਇਹ ਦੇਖਣ ਵਾਲੀ ਗੱਲ ਇਹ ਵੀ ਆ ਰਾਜਕਨਵੀਰ ਸਿੰਘ ਜੀ, ਜਿੱਦਾਂ ਪ੍ਰੈਜੀਡੈਂਟ ਟਰੰਪ ਜਦ ਤੋਂ ਉਹ ਕੈਂਪੇਨ ਦੇ ਵਿੱਚ ਸੀਗੇ ਹਮੇਸ਼ਾ ਹੀ ਉਹ ਰੈਡੀਕਲ ਇਸਲਾਮ ਦੇ ਉਲਟ ਬੋਲਦੇ ਸੀ, ਪਰ ਇੱਥੇ ਜਦੋਂ ਉਹਨਾਂ ਨੇ ਐਡਰੈਸ ਕੀਤਾ ਜਿੱਦਾਂ 45-50 ਦੇ ਕਰੀਬ ਮੁਸਲਮਾਨ ਨੇਸ਼ਨਸ ਸੀਗੀਆਂ ਉਹਦੇ 'ਚ ਉਹਨਾਂ ਨੇ ਕਿਹਾ ਵੀ ਸਾਡੀ ਧਰਮ ਦੇ ਨਾਲ ਕੋਈ ਲੜਾਈ ਨਹੀਂ ਹੈਗੀ ਵੀ ਕ੍ਰਿਸਚੀਅਨ ਦੀ ਜਾਂ ਮੁਸਲਮਾਨਾਂ ਦੀ, ਸਾਡੀ ਤਾਂ ਜਿਹੜੇ ਬੰਦੇ ਗੰਦ ਪਾ ਰਹੇ ਹੈਗੇ ਆ ਜਿਹੜੇ ਟੈਰਰਿਜ਼ਮ ਆ ਟੈਰਰਿਸਟ ਆ ਉਹਨਾਂ ਦੇ ਅਗੇਂਸਟ ਆ ਅਤੇ ਤੁਹਾਨੂੰ ਮੋਹਰੇ ਹੋ ਕੇ ਉਹਨਾਂ ਦੇ ਨਾਲ ਲੜਨਾ ਪੈਣਾ ਆ। ਅਤੇ ਪਰ ਜੇ ਓਵਰਆਲ ਦੇਖਿਆ ਜਾਵੇ ਜਿਸ ਤਰ੍ਹਾਂ ਮੀਡੀਆ ਉਹਨਾਂ ਦੇ ਪਹਿਲਾਂ ਤੋਂ ਹੀ ਜਿੱਦਾਂ ਕਾਫੀ ਕ੍ਰਿਟੀਕਲ ਰਿਹਾ ਆ ਅਤੇ ਆਪ ਵੀ ਉਹ ਮੀਡੀਆ ਦੇ ਬਹੁਤ ਕ੍ਰਿਟੀਕਲ ਰਹੇ ਆ, ਅਤੇ ਹੁਣ ਜਿਹੜਾ ਆ ਬਈ ਇਸ ਜਿਹੜਾ ਦੌਰਾ ਆ ਉਹਨਾਂ ਦਾ ਇਹ ਕਾਫੀ ਸਕਸੈਸਫੁਲ ਗਿਣਿਆ ਜਾ ਰਿਹਾ। ਅਤੇ ਇਹ ਤੋਂ ਬਾਅਦ ਹੁਣ ਇਹ ਦੇਖਣਾ ਆ ਵੀ ਇਜ਼ਰਾਈਲ 'ਚ ਕੀ ਹੁੰਦਾ। ਜਿਹੜੇ ਇਜ਼ਰਾਈਲ ਵਾਲੇ ਆ ਉਹ ਚਾਹੁੰਦੇ ਨਹੀਂ ਸੀ ਵੀ ਉਹ ਵੀ ਪ੍ਰੈਜੀਡੈਂਟ ਟਰੰਪ ਜਿਹੜੇ ਆ ਉਹ ਵਿਨ ਹੋਣ, ਅਤੇ ਉਹ ਜਿੱਦਾਂ ਜਿਹੜੇ ਹੋਰ ਕੈਂਡੀਡੇਟ ਸੀ ਖਾਸ ਕਰਕੇ ਜਿਹੜੇ ਟੈਡ ਕਰੂਜ਼ ਸੀ ਉਹਨਾਂ ਨੂੰ ਪਸੰਦ ਕਰਦੇ ਸੀ। ਤੋ ਹੁਣ ਦੇਖਦੇ ਹਾਂ ਵੀ ਇਜ਼ਰਾਈਲ ਦੇ ਵਿੱਚ ਉਹ ਆਲਰੇਡੀ ਚਲੇ ਗਏ ਆ ਅੱਜ ਜਿਹੜੇ ਪ੍ਰੈਜੀਡੈਂਟ ਟਰੰਪ ਆ, ਵੀ ਉੱਥੇ ਉਹਨਾਂ ਦਾ ਕਿੱਦਾਂ ਦਾ ਜਿਹੜਾ ਮਿਲਵਰਤਨ ਜਾਂ ਕੀ ਡੀਲਿੰਗਸ ਹੁੰਦੀਆਂ ਇਜ਼ਰਾਈਲ ਦੇ ਨਾਲ, ਕਿਉਂਕਿ ਇੰਨੀਆਂ ਮੁਸਲਮਾਨ ਕੰਟਰੀਆਂ ਤੋਂ ਸਾਊਦੀ ਅਰੇਬੀਆ ਤੋਂ ਬਾਅਦ ਉਹਨਾਂ ਦੇ ਨਾਲ ਜਿੱਦਾਂ ਆਰਮ ਡੀਲ ਕਰਕੇ ਹੁਣ ਉਹ ਇਜ਼ਰਾਈਲ 'ਚ ਗਏ ਆ, ਅਤੇ ਉਹ ਤੋਂ ਬਾਅਦ ਪਤਾ ਲੱਗੇਗਾ ਵੀ ਇਜ਼ਰਾਈਲ 'ਚ ਉਹਨਾਂ ਦਾ ਕੀ ਜਿਹੜਾ ਕਿੱਦਾਂ ਦਾ ਉਹਨਾਂ ਦਾ ਆਓ ਭਗਤ ਹੁੰਦੀ ਆ। ਪਰ ਇਹ ਆ ਵੀ ਇਜ਼ਰਾਈਲ ਦੇ ਵਿੱਚ ਜਿਹੜੀ ਉਹਨਾਂ ਦੀ ਸਭ ਤੋਂ ਜੈਰੂਸਲਮ ਦੇ ਵਿੱਚ ਧਾਰਮਿਕ ਜਗ੍ਹਾ ਹੈਗੀ ਆ ਜਿਊਜ਼ ਦੀ ਸਭ ਤੋਂ ਜਿਹੜੀ ਇੰਪੋਰਟੈਂਟ ਜਗ੍ਹਾ ਆ, ਅਤੇ ਪਹਿਲੀ ਵਾਰੀ ਕਹਿੰਦੇ ਵੀ ਹੋਇਆ ਹਿਸਟਰੀ ਦੇ ਵਿੱਚ ਅਮੈਰੀਕਾ ਦਾ ਸਿਟਿੰਗ ਪ੍ਰੈਜੀਡੈਂਟ ਉਸ ਜਗ੍ਹਾ ਦੇ ਉੱਤੇ ਜਿੱਦਾਂ ਗਿਆ ਹੈਗਾ। ਜੀ ਜੀ ਬਿਲਕੁਲ ਬਿਲਕੁਲ, ਅਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਕਾਫੀ ਲੋਕ ਜਿਹੜੇ ਇਸ ਨੂੰ ਸਫਲ ਦੌਰਾ ਜਿਹੜਾ ਉਹ ਮੰਨ ਰਹੇ ਆ। ਬਾਕੀ ਹਿਪੋਕ੍ਰੇਸੀ ਦੀ ਜਿਹੜੀ ਆ ਵਿੱਚ ਆਪਾਂ ਕਹਿ ਰਹੇ ਸੀਗੇ ਵੀ ਕਿੱਦਾਂ ਇੱਥੇ ਅਮਰੀਕਾ ਦੇ ਵਿੱਚ ਹਰ ਇੱਕ ਨੂੰ ਇਹ ਤਾਨੇ ਮਾਰਦਾ ਹੁੰਦਾ ਸੀਗਾ ਡੋਨਲਡ ਟਰੰਪ ਵੀ ਭਾਈ ਤੁਸੀਂ ਕਿਉਂ ਨਹੀਂ ਕਹਿੰਦੇ ਰੈਡੀਕਲ ਇਸਲਾਮਿਸਟ ਟੈਰਰਿਜ਼ਮ ਕਿਉਂ ਨਹੀਂ ਕਹਿੰਦੇ, ਇਹ ਖੁੱਲ੍ਹ ਖੁੱਲ੍ਹ ਕੇ ਕਹਿੰਦਾ ਹੁੰਦਾ ਸੀ, ਪਰ ਅੱਜ ਕਿਉਂਕਿ ਉਹ ਮੁਸਲਿਮ ਦੇਸ਼ ਦੇ ਵਿੱਚ ਸੀਗਾ ਸੋ ਇਸ ਲਈ ਉਹਨੇ ਉਹ ਸ਼ਬਦ ਕਹਿਣ ਤੋਂ ਜਿਹੜੇ ਆ ਉਹ ਗੁਰੇਜ਼ ਕੀਤੇ। ਇਨਫੈਕਟ ਇਹ ਉਹੀ ਰਾਸ਼ਟਰਪਤੀ ਆ ਜਿਨ੍ਹਾਂ ਨੇ ਜਿਹੜੇ ਬਹੁਤਾਤ ਜਿਹੜੇ ਮੁਸਲਿਮ ਕਹਿ ਲਓ ਵੀ ਪ੍ਰਮੁੱਖਤਾ ਵਾਲੇ ਦੇਸ਼ ਆ
ਉਹਨਾਂ ਦੇ ਲੋਕਾਂ ਦੇ ਉੱਤੇ ਜਿਹੜਾ ਬੈਨ ਲਾਇਆ ਅਤੇ ਅੱਜ ਜਿਹੜਾ ਜੀ ਉੱਥੇ ਉਹ ਗਏ ਨੇ, ਪਰ ਉਸਦੇ ਬਾਰੇ ਜਿਹੜੀ ਉਹਨਾਂ ਨੇ ਗੱਲ ਨਹੀਂ ਕੀਤੀ, ਕਿਉਂਕਿ ਦੇਖੋ ਇੱਕ ਜਿਹੜਾ ਕੂਟਨੀਤਿਕ ਜਿਹੜੀ ਉਹ ਹੋਰ ਹੁੰਦੀ ਆ, ਘਰੇ ਬੰਦੇ ਨੇ ਕੁਛ ਹੋਰ ਕਹਿਣਾ ਹੁੰਦਾ, ਬਾਹਰ ਕੁਛ ਹੋਰ ਕਹਿਣਾ ਹੁੰਦਾ ਆ। ਸੋ ਉਹੀ ਚੀਜ਼ ਜਿਹੜੀ ਆ ਉਹ ਕਿਤੇ ਨਾ ਕਿਤੇ ਆਪਾਂ ਨੂੰ ਦੇਖਣ ਨੂੰ ਮਿਲੀ। ਆਈ ਥਿੰਕ ਇਹੀ ਇੱਕ ਸਿਆਸਤ ਵੀ ਜਿਹੜੀ ਆ ਉਹ ਹੁੰਦੀ ਆ, ਬਾਹਰ ਗਿਆਂ ਥੋੜ੍ਹਾ ਜਾ ਕੇ ਆਪਣੀ ਬੋਲੀ ਦੇ ਉੱਤੇ ਜਿਹੜਾ ਚੇਂਜ ਉਹਨਾਂ ਨੂੰ ਉਹ ਕਰਨਾ ਪੈਂਦਾ ਆ। ਹੁਣ ਜਿੱਦਾਂ ਤੁਸੀਂ ਕਿਹਾ ਵੀ ਏਡਾ ਸੰਗਲ ਵਾਲੀ ਸੋਨੇ ਦੀ ਚੇਨੀ ਮਿਲਣੀ ਸੀ ਤੇ ਫਿਰ ਕੁਛ ਨਾ ਕੁਛ ਤਾਂ ਤੜੇ ਕਰਦਾ ਹੀ ਸੀ ਨਾਲੇ। ਇਹ ਇੱਕ ਬਹੁਤ ਅਜੀਬ ਜਿਹੀ ਗੱਲ ਆਈ ਉੱਦਾਂ। ਵੈਸੇ ਚਲੋ ਸਪੈਸ਼ਲ ਕੌਂਸਲ ਨੇ ਇਵਾਂਕਾ ਟਰੰਪ ਉਹਨਾਂ ਦੀ ਜਿਹੜੀ ਕੁੜੀ ਆ ਉਹਨਾਂ ਨੂੰ ਵੀ ਨਾਲ ਦੌਰੇ ਦੇ ਉੱਤੇ ਜਿਹੜਾ ਜੀ ਉਹ ਖੜਿਆ ਗਿਆ, ਪਰ ਪੂਰੀ ਰਾਜਕਰਨਵੀਰ ਸਿੰਘ ਜੀ ਪੂਰੀ ਲਗਭਗ ਜਿਹੜੀ ਮੇਨ ਕੈਬਨਿਟ ਸੀ ਉਹ ਉੱਥੇ ਗਈ ਸੀ, ਇਹਨਾਂ ਦੇ ਸੈਕਟਰੀ ਆਫ ਸਟੇਟ ਜਿਹੜੇ ਉਹ ਵੀ ਉੱਥੇ ਗਏ ਹੋ ਸੀ, ਹੋਰ ਵੀ ਜਿੱਦਾਂ ਕਾਫੀ ਹਾਈ ਲੈਵਲ ਆਫੀਸ਼ੀਅਲ ਜਿਹੜੀ ਉੱਥੇ ਗਏ ਸੀਗੇ। ਹਾਂਜੀ ਜੀ, ਸੋ $100 million ਜਿਹੜਾ ਆ ਇਵਾਂਕਾ ਟਰੰਪ ਨੇ ਜਿਹੜਾ ਉਹਨਾਂ ਦੀ ਔਰਗਨਾਈਜੇਸ਼ਨ ਨੂੰ ਜਿਹੜਾ ਉਹ ਮਿਲਿਆ ਆ। ਆਈ ਗੈਸ ਇਹ ਕਿਤੇ ਨਾ ਕਿਤੇ ਇਹ ਰੌਲੇ ਵਾਲੀ ਗੱਲ ਜਿਹੜੀ ਉਹ ਰਹਿੰਦੀ ਆ, ਕਿਉਂਕਿ ਇਹ ਰੌਲਾ ਬਹੁਤ ਪਿਆ ਸੀ ਉਦੋਂ ਜਦੋਂ ਹੈਲਰੀ ਕਲਿੰਟਨ ਦੀ ਜਿਹੜੀ ਆ ਉਹਨਾਂ ਦੀ ਇੱਕ ਔਰਗਨਾਈਜੇਸ਼ਨ ਨੂੰ ਉਹਨਾਂ ਨੂੰ ਮਿਲਿਆ ਸੀ। ਸਾਰੇ ਜਾਣੇ ਕਹਿ ਰਹੇ ਸੀਗੇ ਉੱਥੇ, ਇਨਫੈਕਟ ਚਾਹੇ ਕੋਈ ਵੀ ਪਾਰਟੀ ਦਾ ਸੀ, ਉਹ ਸਾਰਿਆਂ ਨੇ ਕਿਹਾ ਸੀ ਵੀ ਇਸ ਮੁਲਕ ਤੋਂ ਜਿਹੜੇ ਉਹ ਪੈਸੇ ਉਹ ਨਹੀਂ ਸੀ ਲੈਣੇ ਚਾਹੀਦੇ। ਇਹ ਵੀ ਇੱਕ ਜਿਹੜੇ ਕਾਰਨਾਂ ਦੇ ਵਿੱਚੋਂ ਇੱਕ ਸੀਗਾ ਜਦੋਂ ਹੈਲਰੀ ਕਲਿੰਟਨ ਜਿਹੜੀ ਉਹ ਹਾਰੀ ਸੀ, ਜਿਸ ਨੇ ਆਪਣਾ ਕੈਂਪੇਨ ਬਹੁਤ ਪੂਅਰਲੀ ਰਨ ਕੀਤਾ ਸੀ। ਇਨਫੈਕਟ ਡੈਮੋਕਰੇਟਸ ਨੇ ਬੈਕਸਟੈਪ ਕੀਤਾ ਸੀਗਾ ਬਰਨੀ ਸੈਂਡਰਸ ਨੂੰ ਵੀ ਜੇ ਉਹ ਜਿੱਤ ਜਾਂਦਾ ਤਾਂ, ਜੇ ਉਹ ਅੱਗੇ ਆ ਜਾਂਦਾ ਤਾਂ ਸ਼ਾਇਦ ਉਹ ਜਿੱਤ ਜਾਣਾ ਸੀਗਾ। ਸੋ ਆਈ ਗੈਸ ਕਈ ਤਰੀਕੇ ਦਾ ਜਿਹੜਾ ਰੌਲ ਰੱਟਾ ਆ ਉਹ ਰਿਹਾ ਪੂਰੇ ਦੌਰੇ ਦੇ ਵਿੱਚ। ਪਰ ਜਿੱਦਾਂ ਹੁਣ ਕਿਹਾ ਵੀ ਇਜ਼ਰਾਈਲ ਦੇ ਵਿੱਚ ਉਹ ਪਹੁੰਚ ਚੁੱਕੇ ਨੇ, ਉੱਥੇ ਨਿਤਨਯਾਹੂ ਦੇ ਨਾਲ ਕਿਸ ਤਰੀਕੇ ਦੀ ਗੱਲਬਾਤ ਹੁੰਦੀ ਆ ਉਹ ਦੇਖਣ ਵਾਲੀ ਰਹੇਗੀ, ਕਿਉਂਕਿ ਇੱਕ ਵਾਰੀ ਆਈ ਗੈਸ ਉਹ ਵਿਜ਼ਿਟ ਵੀ ਕਰ ਚੁੱਕੇ ਨੇ ਜਿਹੜੇ ਬੈਂਜਾਮਿਨ ਨਿਤਨਯਾਹੂ ਅਮਰੀਕਾ ਦੇ ਵਿੱਚ ਆ ਵੀ ਚੁੱਕੇ ਨੇ। ਸੋ ਉਹ ਵਾਪਸੀ ਕਹਿ ਲਓ ਵੀ ਦੌਰੇ ਦੇ ਉੱਤੇ ਉੱਥੇ ਵੀ ਹੁਣ ਪਹੁੰਚੇ ਹੋਏ ਨੇ। ਬਿਲਕੁਲ, ਸੋ ਪ੍ਰੈਜੀਡੈਂਟ ਟਰੰਪ ਕਹਿੰਦੇ ਆ ਵੀ ਮੈਨੂੰ ਹੋਪ ਹੈਗੀ ਆ ਵੀ ਮਿਡਲ ਈਸਟ ਪੀਸ ਹੋਊਗੀ। ਇਹ ਪਹਿਲੇ ਦਿਨ ਤੋਂ ਹੀ ਜਦੋਂ ਇਲੈਕਸ਼ਨ ਦੇ ਵਿੱਚ ਆਏ ਸੀ ਉਹ ਤੋਂ ਹੀ ਕਹਿੰਦੇ ਸੀ ਵੀ ਮੈਂ ਉੱਥੇ ਕੁਛ ਨਾ ਕੁਛ ਕਰੂੰਗਾ ਤਾਂ ਕਿ ਜਿਹੜੀ ਬਹੁਤ ਸਾਲਾਂ ਤੋਂ ਜਿਹੜੀ ਲੜਾਈ ਚੱਲ ਰਹੀ ਆ ਇਜ਼ਰਾਈਲ ਦੀ, ਈਰਾਨ ਦੀ, ਸਾਊਦੀ ਅਰੇਬੀਆ ਦੀ, ਵੀ ਉਹਨੂੰ ਕਿਸੇ ਤਰ੍ਹਾਂ ਠੱਲ ਪਾਈ ਜਾ ਸਕੇ। ਸੋ ਲੱਗਦਾ ਆ ਵੀ ਮਿਡਲ ਈਸਟ ਦੇ ਵਿੱਚ 40-50 ਕੰਟਰੀਆਂ ਤਾਂ ਇਹਨਾਂ ਨੇ ਆਪਣੇ ਹੱਕ 'ਚ ਕਰ ਲਈਆਂ, ਕਿਉਂਕਿ ਉਹਦੇ ਵਿੱਚ ਇਹਨਾਂ ਨੇ ਲੈਕਚਰ ਵੀ ਇਹ ਕੀਤਾ ਆ ਵੀ ਪਹਿਲੀ ਗੱਲ ਤਾਂ ਇਹ ਆ ਵੀ ਉਹ 'ਚ ਜਿੰਨੇ ਵੀ ਜਿਹੜੇ ਮੇਨ ਸੈਂਟਰ ਆ, ਚਾਹੇ ਉਹ ਇਸਲਾਮ ਦਾ ਆ, ਜੂਡੇਇਜ਼ਮ ਦਾ ਆ, ਕ੍ਰਿਸ਼ਚੀਅਨਿਟੀ ਦਾ, ਉਸ ਸਾਰੇ ਸੈਂਟਰਾਂ 'ਤੇ ਉਹ ਐਂਡ ਆਫ ਦੀ ਟ੍ਰਿਪ ਤੱਕ ਪਹੁੰਚ ਚੁੱਕੇ ਹੋਣਗੇ ਟਰੰਪ। ਅਤੇ ਉਹਨਾਂ ਨੇ ਆਰਗੂਮੈਂਟ ਵੀ ਇਹ ਕੀਤਾ ਹੈ ਵੀ ਜਿਹੜੀ ਇਸਲਾਮਿਸਟ ਮਿਲੀਟੈਂਸੀ ਜਿਹੜੀ ਆ ਇਹ ਸਾਡੀ ਬੈਟਲ ਗੁੱਡ ਅਤੇ ਈਵਲ ਦੇ ਵਿੱਚ ਹੈਗੀ ਆ। ਸੋ ਦੇਖੋ ਵੀ ਈਰਾਨ ਦੇ ਵਿੱਚ ਵੀ ਜਿਹੜੇ ਉੱਥੇ ਦੇ ਪ੍ਰੈਜੀਡੈਂਟ ਇਲੈਕਟ ਹੋਏ ਆ ਉਹ ਵੀ ਥੋੜ੍ਹੇ ਲਿਬਰਲ ਹੈਗੇ ਆ। ਸੋ ਦੇਖੋ ਆਉਣ ਵਾਲੇ ਸਮੇਂ 'ਚ ਵੀ ਕਿਸ ਤਰ੍ਹਾਂ ਜਿਹੜਾ ਇਹ ਮਿਡਲ ਈਸਟ ਦਾ ਜਿਹੜਾ ਰੌਲਾ ਚੱਲ ਰਿਹਾ ਇੰਨੇ ਸਾਲਾਂ ਤੋਂ, ਜਿਹਦੇ ਕਰਕੇ ਅਮੈਰੀਕਨ ਵੀ ਬਹੁਤ ਜਿਹੜੇ ਅਪਸੈਟ ਹੈਗੇ ਆ ਵੀ ਬਿਲੀਅਨਸ ਆਫ ਡਾਲਰ ਅਸੀਂ ਸਪੈਂਡ ਕਰ ਰਹੇ ਹਾਂ ਮਿਡਲ ਈਸਟ ਦੇ ਵਿੱਚ, ਵੀ ਹੋਪਫੁਲੀ ਇਹ ਬੈਟਰ ਹੋ ਜਾਏ। ਜੀ ਬਿਲਕੁਲ, ਅਤੇ ਜਿੱਦਾਂ ਤੁਸੀਂ ਦੱਸਿਆ ਈਰਾਨ ਦੇ ਵਿੱਚ ਵੀ ਇਲੈਕਸ਼ਨ ਜਿਹੜੀਆਂ ਹੋਣੀਆਂ ਸੀ, ਪ੍ਰੈਜੀਡੈਂਸ਼ੀਅਲ ਇਲੈਕਸ਼ਨ ਜਿਹੜੀਆਂ ਹੋਈਆਂ ਆ, ਜਿਹੜੇ ਜਿਹੜੇ ਸਾਬਕਾ ਜਿਹੜੇ ਰਾਸ਼ਟਰਪਤੀ ਸੀਗੇ ਉਹ ਮੁੜ ਕੇ ਦੁਬਾਰਾ ਜਿਹੜੇ ਆ ਉਹ ਚੁਣੇ ਗਏ ਨੇ। ਹਸਨ ਰੂਹੀਨੀ ਜਿਹੜੇ ਰੂਹਾਨੀ ਆ ਉਹ ਦੁਬਾਰਾ ਜਿਹੜੇ ਜੀ ਚੁਣੇ ਗਏ ਨੇ। ਇਹਨਾਂ ਦੇ ਵਾਈਸ ਪ੍ਰੈਜੀਡੈਂਟ ਸੀਗੇ ਉਹ ਪਹਿਲਾਂ ਇੱਕ ਵਾਰੀ ਇਹਨਾਂ ਤੋਂ ਬਾਗੀ ਹੋ ਗਏ ਸੀਗੇ, ਉਹਨਾਂ ਨੇ ਆਪਣਾ ਇੱਕ ਵੱਖ ਕੈਂਪੇਨ ਚਲਾਇਆ ਸੀ, ਪਰ ਇਲੈਕਸ਼ਨ ਤੋਂ ਕੁਛ ਕੁ ਦਿਨ ਪਹਿਲਾਂ ਉਹਨਾਂ ਨੇ ਪੂਰੀ ਸਪੋਰਟ ਜਿਹੜੇ ਉਸ ਟਾਈਮ ਦੇ ਉੱਤੇ ਤਤਕਾਲੀਨ ਰਾਸ਼ਟਰਪਤੀ ਸੀ ਹਸਨ ਰੂਹੀਨੀ ਉਹਨਾਂ ਨੂੰ ਜਿਹੜੀ ਦੇ ਦਿੱਤੀ ਸੀ, ਅਤੇ ਉਹਨਾਂ ਦੀ ਜਿਹੜੀ ਇਸ ਦੇ ਵਿੱਚ ਭਾਰੀ ਜਿੱਤ ਹੋਈ ਹੈ। 57% ਵੋਟਾਂ ਜਿਹੜੀਆਂ ਈਰਾਨ ਦੀਆਂ ਜਿਹੜੀਆਂ ਪ੍ਰੈਜੀਡੈਂਸ਼ੀਅਲ ਇਲੈਕਸ਼ਨ ਆ ਉਸ ਦੇ ਵਿੱਚ ਖੜੀਆਂ ਸੀ। ਜੇ ਇਸ ਇਲੈਕਸ਼ਨ ਦੇ ਵਿੱਚ ਕੋਈ ਵੀ 50% ਵੋਟਾਂ ਨਾ ਖੜਦਾ, ਇਹਨਾਂ ਚਾਰ ਜਣੇ ਜਿਹੜੇ ਖੜ੍ਹੇ ਸੀਗੇ, ਤਾਂ ਫਿਰ ਦੁਬਾਰਾ ਰੀ ਇਲੈਕਸ਼ਨ ਦੋ ਟੋਪ 2 ਦੇ ਵਿੱਚ ਜਿਹੜੀ ਉਹ ਹੋਣੀ ਸੀਗੀ, ਪਰ ਇਹ ਪਹਿਲੇ ਦੇ ਵਿੱਚ ਹੀ 57% ਵੋਟਾਂ ਜਿਹੜੀਆਂ ਜੀ ਲੈ ਕੇ ਉਹ ਰਾਸ਼ਟਰਪਤੀ ਜਿਹੜੇ ਉਹ ਮੁੜ ਬਣ ਗਏ ਨੇ। ਸੋ ਅਗਲੀ ਖਬਰ ਰਾਜਕਰਨਵੀਰ ਸਿੰਘ ਜੀ ਜਿਹੜੀ ਆਪਾਂ ਸਾਂਝੀ ਕਰਨੀ, ਜਿਸ ਤਰ੍ਹਾਂ ਪਹਿਲਾਂ ਦੱਸਿਆ ਵੀ ਬੋਟੁਲਿਜ਼ਮ ਕਰਕੇ ਇੱਕ ਵਾਇਰਸ ਆ ਉਹ ਜਿੱਦਾਂ ਜਿਹੜੇ ਨਾਚੋ ਚੀਜ਼ ਦੇ ਵਿੱਚ ਕਈ ਵਾਰੀ ਕ੍ਰੀਏਟ ਹੁੰਦੀ ਆ। ਆਪਣੇ ਪੰਜਾਬੀ ਭੈਣ ਭਰਾ ਬਹੁਤ ਸਾਰੇ ਜਿਹੜੇ ਲਿਕਰ ਸਟੋਰ, ਗੈਸ ਸਟੇਸ਼ਨਸ ਜਾਂ ਛੋਟੇ ਛੋਟੇ ਰੈਸਟੋਰੈਂਟ ਓਨ ਕਰਦੇ ਆ, ਅਤੇ ਉਹਨਾਂ ਨੂੰ ਨਾ ਬਹੁਤ ਹੀ ਜਿੱਦਾਂ ਸਫਾਈ ਦਾ ਧਿਆਨ ਰੱਖਣ ਦੀ ਜ਼ਰੂਰਤ ਆ। ਜਿਹੜੇ ਤੁਹਾਡੇ ਚੀਜ਼ ਆਉਂਦੇ ਆ ਵੀ ਕੋਈ ਐਕਸਪਾਇਰ ਨਾ ਹੋਵੇ, ਇਸ ਤਰ੍ਹਾਂ ਦੀ ਜਿਹੜੀ ਸਾਰਾ ਕੁਛ ਚੈੱਕ ਕਰਨ ਦੀ ਜ਼ਰੂਰਤ ਆ। ਕੀ ਹੋਇਆ, ਪਿਛਲੇ 3 ਕੁ ਵੀਕ ਪਹਿਲਾਂ ਇੱਕ ਗੈਸ ਸਟੇਸ਼ਨ ਸੈਕਰਾਮੈਂਟੋ ਏਰੀਏ ਦਾ, ਉੱਥੋਂ ਕੁਝ ਲੋਕਾਂ ਨੇ ਜਿਹੜਾ ਚੀਜ਼ ਖਾਧਾ ਉਹ ਨਾਚੋ ਅਤੇ ਚੀਜ਼ ਉਹ ਜਿਹੜੇ ਬਿਮਾਰ ਹੋ ਗਏ।
ਤੇ ਇਹ ਕਹਿੰਦੇ ਵੀ ਇਦਾਂ ਦੀ ਵਾਇਰਸ ਆ ਬਹੁਤ ਹੀ ਜਿੱਦਾਂ ਨਿਕੰਮੀ ਵਾਇਰਸ ਆ ਖਤਰਨਾਕ ਆ ਜਦੋਂ ਤੁਸੀਂ ਖਾ ਲੈਂਦੇ ਆ ਉਹ ਤੋਂ 24 ਤੋਂ 32 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਬੰਦਾ ਆ ਉਹ ਇੱਕ ਤਰ੍ਹਾਂ ਨਾਲ ਕੋਮੇ 'ਚ ਚਲ ਜਾਂਦਾ ਤੇ ਇਹਦੇ ਨਾਲ ਕਹਿੰਦੇ ਵੀ ਜਿਹੜੀ ਡੈਥ ਹੋਣ ਦੇ ਚਾਂਸ ਘੱਟ ਆ ਪਰ ਬੰਦੇ ਨੂੰ ਜਿੱਦਾਂ ਠੀਕ ਹੋਣ ਲਈ 4 ਤੋਂ ਲੈ ਕੇ 6 ਮਹੀਨੇ ਤੱਕ ਲੱਗ ਸਕਦੇ ਆ ਜੀ। ਅਤੇ ਜਿਹੜੀ ਹਰਜੋਤ ਸਿੰਘ ਜੀ ਤੁਸੀਂ ਗੱਲ ਕਰ ਰਹੇ ਸੀ ਵੀ ਸੈਕਰਾਮੈਂਟੋ ਇਲਾਕੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਤਕਰੀਬਨ 10 ਜਣੇ ਉੱਥੇ ਬਿਮਾਰ ਜਿਹੜੇ ਆ ਉਹ ਹੋਏ ਨੇ ਇਹ ਬੋਟਲਿਜ਼ਮ ਵਾਇਰਸ ਬੈਕਟੀਰੀਆ ਦੇ ਕਰਕੇ। ਵਾਲਨਟ ਗਰੋਵ ਦੇ ਵਿੱਚ ਵੀ ਇੱਕ ਗੈਸ ਸਟੇਸ਼ਨ ਦੇ ਵਿੱਚ ਉੱਥੇ ਵੀ ਜਿਹੜਾ ਆ ਬੋਟਲਿਜ਼ਮ ਦੇ ਕੇਸ ਜਿਹੜੇ ਆ ਕੁਛ ਕੁ ਸਾਹਮਣੇ ਆਏ ਆ। ਐਕਚੁਅਲੀ ਉਹੀ ਆ ਰਾਜਕਮਵੀਰ ਸਿੰਘ ਜੀ ਜਿਹੜਾ ਵਾਲਨਟ ਗਰੋਵ ਉਹਨੂੰ ਸੈਕਰਾਮੈਂਟੋ ਏਰੀਆ ਹੀ ਸਾਰਾ ਕਹਿ ਦਿੰਦੇ ਆ ਜੀ ਜੀ। ਸੋ ਉਹੀ ਰਿਲੇਟਡ ਆ। ਸੋ ਅਨਫੋਰਚੁਨੇਟ ਇਹ ਆ ਵੀ ਉੱਥੋਂ ਜਿੰਨੇ ਬੰਦਿਆਂ ਨੇ 10 ਦੇ ਕਰੀਬ ਆਲਰੇਡੀ ਅੱਗੇ ਆ ਗਏ ਆ ਵੀ ਜਿਹਨਾਂ ਨੇ ਉੱਥੋਂ ਚੀਜ਼ ਅਤੇ ਨਾਚੋ ਖਾਧੀਆਂ ਸੀ ਜਿਹੜੇ ਬਿਮਾਰ ਹੋਏ ਆ ਜੀ ਅਤੇ 3 ਦੇ ਕਰੀਬ ਕੋਮਾ ਦੇ ਵਿੱਚ ਆ ਅਤੇ 1 ਦੀ ਜਿਹੜੀ ਅੱਜ ਮੈਂ ਦੇਖ ਰਿਹਾ ਸੀ ਵੀ ਆਲਰੇਡੀ ਡੈਥ ਹੋ ਗਈ ਹੈਗੀ ਆ ਜੀ। ਸੋ ਇਹ ਬਹੁਤ ਮਾੜੀ ਘਟਨਾ ਵਾਪਰੀ ਆ ਅਤੇ ਹਰਜੋਤ ਸਿੰਘ ਜੀ ਕਈ ਵਾਰੀ ਇੱਦਾਂ ਹੁੰਦਾ ਕਿਉਂਕਿ ਚੀਜ਼ ਆ ਇਹਨੂੰ ਰੈਫਰੀਜਰੇਟ ਕਰਕੇ ਰੱਖਣਾ ਪੈਂਦਾ ਹਮੇਸ਼ਾ ਠੰਡਿਆਂ ਰੱਖਣਾ ਪੈਂਦਾ ਆ ਕਈ ਵਾਰੀ ਕਰ ਜਾਂਦੇ ਆਪਾਂ ਵੀ ਚੱਲ ਕੁਛ ਕੁ ਜਿਹੜਾ ਬਚਾਅ ਕਰ ਲਈਏ ਅਤੇ ਬੰਦਾ ਜਿਹੜਾ ਆ ਉਹ ਰੈਫਰੀਜਰੇਸ਼ਨ ਜਿਹੜੀ ਆ ਜਾਂਦਾ ਜਾਂਦਾ ਕਈ ਵਾਰੀ ਬੰਦ ਕਰ ਜਾਂਦਾ ਜਾਂ ਕੁਛ ਕਰ ਜਾਂਦਾ ਆ ਉਹਦੇ ਕਰਕੇ ਵੀ ਇਹ ਜਿਹੜਾ ਬੈਕਟੀਰੀਆ ਆ ਉਹ ਚੀਜ਼ ਦੇ ਵਿੱਚ ਜਿਹੜਾ ਨਾਚੋ ਚੀਜ਼ ਆ ਉਸ ਦੇ ਵਿੱਚ ਆ ਸਕਦਾ ਆ ਕਿਉਂਕਿ ਗਰਮੈਸ਼ ਗਰਮੀਆਂ ਦੇ ਦਿਨ ਵੀ ਆ ਗਏ ਨੇ ਹੁਣ ਅਤੇ ਗਰਮੈਸ਼ ਦੇ ਕਰਕੇ ਜਿਹੜਾ ਉਹ ਜਲਦੀ ਖਰਾਬ ਜਿਹੜਾ ਆ ਉਹ ਡੇਅਰੀ ਪ੍ਰੋਡਕਟਸ ਜਿਹੜੇ ਵੀ ਹੁੰਦੇ ਆ ਉਹ ਹੋ ਜਾਂਦੇ ਉਸ ਕਰਕੇ ਬੈਕਟੀਰੀਆ ਉਸ ਦੇ ਵਿੱਚ ਬਣ ਜਾਂਦਾ ਆ ਅਤੇ ਜਿਹੜਾ ਜਾਨਲੇਵਾ ਸਾਬਤ ਹੋ ਸਕਦਾ ਆ। ਹਰ ਸਾਲ ਕਹਿੰਦੇ 150 ਦੇ ਕਰੀਬ ਕੇਸ ਹੁੰਦੇ ਆ ਇਹ ਪਹਿਲਾਂ ਕੇਸ ਨਹੀਂ ਹੋਇਆ USA ਦੇ ਵਿੱਚ ਜੀ ਜੀ ਅਤੇ 3-5% ਜਿਹੜੇ ਲੋਕ ਆ ਉਹ ਇਹਦੇ ਕਰਕੇ ਮਰ ਸਕਦੇ ਆ ਪਰ ਬੰਦਾ ਜਿਹੜਾ ਇੱਕ ਤਰ੍ਹਾਂ ਨਾਲ ਕੋਮੇ ਦੇ ਵਿੱਚ ਚਲ ਜਾਂਦਾ ਹੈਗਾ ਆ ਜੀ ਜੀ ਬਿਲਕੁਲ। ਜਿੰਨੇ ਵੀ ਸਾਡੀ ਇਹ ਖਬਰ ਸਾਂਝੀ ਕਰਨ ਦਾ ਮਤਲਬ ਇਹੀ ਸੀ ਵੀ ਜਿੰਨੇ ਵੀ ਆਪਣੇ ਪੰਜਾਬੀ ਭੈਣ ਭਰਾ ਹੈਗੇ ਆ ਫੂਡ ਬਿਜ਼ਨਸ ਦੇ ਵਿੱਚ ਆ ਲਿਕਰ ਸਟੋਰ ਗੈਸ ਸਟੇਸ਼ਨ 7-11 ਸਾਬੇ ਜਿਹੜੇ ਇੱਦਾਂ ਦੇ ਜਿੰਨੇ ਵੀ ਫੂਡ ਵਾਲੇ ਆ ਅਤੇ ਪਲੀਜ਼ ਜਿਹੜੇ ਵੀ ਤੁਹਾਡੇ ਜਿਹੜੇ ਵੀ ਤੁਸੀਂ ਸਮਾਨ ਯੂਜ਼ ਕਰਦੇ ਆ ਪਹਿਲਾਂ ਤਾਂ ਉਹਦੀ ਐਕਸਪਾਇਰੇਸ਼ਨ ਡੇਟ ਦੇਖੋ ਦੂਜੇ ਨੰਬਰ 'ਤੇ ਜਿਹੜੀ ਤੁਹਾਡੀ ਸਫਾਈ ਆ ਉਹ ਨੰਬਰ 1 ਪ੍ਰਿਓਰਟੀ ਚਾਹੀਦੀ ਹੈਗੀ ਆ। ਬਿਲਕੁਲ ਜੇ ਕੋਈ ਚੀਜ਼ ਜਿਹੜਾ ਜਿੱਦਾਂ ਦਾ ਵੀ ਹੈਗਾ ਕੋਈ ਪਨੀਰ ਆ ਜਾਂ ਕੁਛ ਵੀ ਜਿਹੜੀ ਚੀਜ਼ ਆ ਉਹ ਜਿੱਦਾਂ ਦੇ ਟੈਂਪਰੇਚਰ 'ਤੇ ਰੱਖਣੀ ਆ ਦੁੱਧ ਆ ਉਹ ਤੁਹਾਡਾ ਉੱਦਾਂ ਦਾ ਟੈਂਪਰੇਚਰ ਹੋਣਾ ਚਾਹੀਦਾ ਨਹੀਂ ਤਾਂ ਤੁਸੀਂ ਦੇਖੋ ਵੀ ਕਿੱਦਾਂ ਦੀ ਵਾਇਰਸ ਆ ਉਹਦੇ ਨਾਲ ਬੰਦਾ ਇੱਕ ਤਰ੍ਹਾਂ ਨਾਲ ਕੋਮੇ ਦੇ ਵਿੱਚ ਚਲ ਜਾਂਦਾ ਹੈਗਾ ਆ। ਸੋ ਇਹ ਬਹੁਤ ਹੀ ਧਿਆਨ ਰੱਖਣ ਯੋਗ ਗੱਲ ਹੈਗੀ ਆ। ਬਿਲਕੁਲ ਕਿਉਂਕਿ ਇਹੀ ਨਹੀਂ ਕਿਉਂਕਿ ਇਹ ਹੋਊਗਾ ਤੁਹਾਡਾ ਉੱਥੇ ਸਟੋਰ ਵੀ ਬੰਦ ਹੋ ਸਕਦਾ ਆ ਤੁਹਾਨੂੰ ਇਹੀ ਨਹੀਂ ਕੋਈ ਫਾਈਨੈਂਸ਼ੀਅਲ ਨੁਕਸਾਨ ਤਾਂ ਹੋ ਹੀ ਹੋਊ ਕੀ ਪਤਾ ਕਿਸੇ ਚੀਜ਼ ਦੇ ਵਿੱਚ ਤੁਹਾਨੂੰ ਚਾਰਜ ਹੀ ਨਾ ਕਰ ਦੇਣ ਰੈਕਲੈਸਨੈਸ ਦੇ ਵਿੱਚ ਅਣਗਹਿਲੀ ਕਰਕੇ ਜਿਹੜਾ ਆ ਕਈ ਤਰੀਕੇ ਦੇ ਜਿਹੜੇ ਚਾਰਜਿਸ ਬਾਅਦ ਦੇ ਵਿੱਚ ਇੱਦਾਂ ਉਹ ਬਣ ਜਾਂਦੇ ਆ। ਸੋ ਕਈ ਵਾਰੀ ਆਪਾਂ ਕੁਛ ਕੁ ਡਾਲਰ ਬਚਾਉਣ ਦੇ ਲਈ ਕੋਈ ਜ਼ਿਆਦਾ ਰਿਸਕ ਜਿਹੜਾ ਆਪਾਂ ਕਈ ਵਾਰੀ ਲੈ ਜਾਂਦੇ ਹਾਂ ਸੋ ਉਹ ਚੀਜ਼ ਤੋਂ ਬਿਲਕੁਲ ਪਰਹੇਜ਼ ਜਿਹੜਾ ਜੀ ਉਹ ਕਰਨਾ ਚਾਹੀਦਾ ਆ। ਜਿਹੜੇ ਇਹਨਾਂ ਨੇ ਲਾਅ ਬਣਾਏ ਨੇ ਜਿਹੜੇ ਕਹਿੰਦੇ ਨੇ ਵੀ ਇੱਦਾਂ ਚਲਾ ਕੇ ਰੱਖੋ ਜਾਂ ਕਰਕੇ ਜਾਓ ਤਾਂ ਪਲੀਜ਼ ਉਸੇ ਤਰੀਕੇ ਦੇ ਨਾਲ ਰੱਖਿਆ ਕਰੋ। ਛੋਟੀ ਜਿਹੀ ਗੱਲ ਤੋਂ ਬਾਅਦ ਦੇ ਵਿੱਚ ਥੋੜ੍ਹੀ ਜਿਹੀ ਕੀਤੀ ਹੋਈ ਇੱਦਾਂ ਕਹਿ ਲਓ ਵੀ ਹੁਸ਼ਿਆਰੀ ਕਹਿ ਲਓ ਜਾਂ ਉਹ ਕਰਨ ਦੇ ਕਰਕੇ ਜਿਹੜੇ ਬਾਅਦ ਦੇ ਵਿੱਚ ਬਹੁਤ ਨੁਕਸਾਨ ਜਿਹੜਾ ਆ ਉਹ ਝੱਲਣਾ ਪੈ ਸਕਦਾ ਜਾਂ ਅਣਜਾਣੇ ਵਿੱਚ ਵੀ ਹੋ ਜਾਂਦੀ ਹੈ ਬਹੁਤ ਹੀ ਜ਼ਿਆਦਾ ਜਿੱਦਾਂ ਕੇਅਰਫੁਲ ਆਪਾਂ ਜਾਣਦੇ ਹੀ ਆ ਕਈ ਵਾਰੀ ਦੇਖਦੇ ਹਾਂ ਵੀ ਫੂਡ ਆਪਾਂ ਰੈਸਟੋਰੈਂਟਾਂ 'ਚ ਵੀ ਦੇਖ ਲਈਦਾ ਕਈ ਵਾਰ ਇੰਡੀਅਨ 'ਚ ਉਹ ਜਿਹੜੇ ਪਿੱਛੇ ਕੁੱਕ ਵੀ ਕੰਮ ਕਰਦੇ ਆ ਕੋਈ ਗਲਵ ਨਹੀਂ ਪਾਉਂਦਾ ਹਨਾ ਡਿਫਰੈਂਟ ਡਿਫਰੈਂਟ ਕੋਈ ਮੀਟ ਬਣਾਉਂਦਾ ਜਾਂ ਕਿੱਦਾਂ ਹੋ ਸਕਦਾ ਕਿੱਦਾਂ ਦੀ ਵੀ ਉਹ ਕੰਟੈਮੀਨੇਸ਼ਨ ਦੂਜੇ ਪਾਸੇ ਚੱਲ ਜਾਂਦੀ ਆ। ਸੋ ਬਹੁਤ ਹੀ ਕੇਅਰਫੁਲ ਰਹਿਣ ਦੀ ਜਿਹੜੀ ਇਹ ਜ਼ਰੂਰਤ ਆ ਜ਼ਰੂਰਤ ਆ। ਜਿਹੜੀ ਅਗਲੀ ਖਬਰ ਰਾਜਕਨਵੀਰ ਸਿੰਘ ਜੀ ਆਪਾਂ ਸਾਂਝੀ ਕਰਨੀ ਆ ਜਿਹੜੇ ਪ੍ਰੈਜੀਡੈਂਟ ਟਰੰਪ ਦਾ ਨਵਾਂ ਜਿਹੜਾ ਬਜਟ ਹੈਗਾ ਜੀ ਉਹਦੇ ਵਿੱਚ ਜਿਹੜਾ ਫੂਡ ਸਟੈਂਪ ਅਤੇ ਮੈਡੀਕੇਡ ਆ ਉਹਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਦੇ 'ਤੇ ਕੱਟ ਕੀਤਾ ਗਿਆ ਹੈਗਾ ਆ ਜੀ ਉਹਦੇ ਅਸਾਰ ਪੂਰੇ ਹੈਗੇ ਆ ਕਹਿੰਦੇ ਵੀ ਉਹਦੇ ਨਾਲ ਮਿਲੀਅਨਸ ਆਫ ਲੋਕ ਜਿਹੜੇ ਹੈਗੇ ਆ ਉਹ ਫੂਡ ਸਟੈਂਪ ਤੋਂ ਬਾਹਰ ਚਲੇ ਜਾਣਗੇ। ਬਿਲਕੁਲ ਅਤੇ ਉੱਦਾਂ ਹਰਜੋਤ ਸਿੰਘ ਜੀ 7 ਮਈ ਨੂੰ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਆਪਣੇ ਟਵਿੱਟਰ ਦੇ ਜ਼ਰੀਏ ਆਪਣੀ ਭਾਵਨਾਵਾਂ ਜ਼ਾਹਰ ਕੀਤੀਆਂ ਸੀ ਬਿਆਨ ਜਿਹੜਾ ਦਿੱਤਾ ਸੀ ਪਰ ਅੱਜ ਤੋਂ 2 ਸਾਲ ਪਹਿਲਾਂ ਦੀ ਗੱਲ ਆਪਾਂ ਜੇ ਕਰੀਏ ਉਸ ਦੇ ਵਿੱਚ ਜਦੋਂ ਕੈਂਪੇਨ ਦੇ ਵਿੱਚ ਇਹ ਆਏ ਸੀਗੇ ਕਹਿੰਦੇ ਵੀ ਮੈਂ ਪਹਿਲਾ ਪੋਟੈਂਸ਼ੀਅਲ GOP ਕੈਂਡੀਡੇਟ ਹਾਂ ਜਿਹੜਾ ਕਹਿ ਰਿਹਾ ਵੀ ਕਿਸੇ ਵੀ ਤਰੀਕੇ ਦਾ ਸੋਸ਼ਲ ਸਿਕਿਉਰਿਟੀ ਨੂੰ ਮੈਡੀਕੇਅਰ ਨੂੰ ਮੈਡੀਕੇਡ ਨੂੰ ਕੱਟ ਜਿਹੜਾ ਨਹੀਂ ਕਰੂੰਗਾ। ਇਨਫੈਕਟ ਕਹਿੰਦਾ ਮੇਰੀ ਗੱਲ ਸੁਣ ਕੇ ਜਿਹੜਾ ਮਾਈਕ ਹੱਕ ਵੀ ਸੀ
ਸੀ ਉਹਨੇ ਮੈਨੂੰ ਜਿਹੜਾ ਆ ਉਹ ਕਾਪੀ ਕਰ ਲਿਆ ਇਹ ਚੀਜ਼ਾਂ ਕਹਿਣ ਦੇ ਵਿੱਚ। ਅਤੇ ਹੁਣ ਜਿਹੜੇ ਆ ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਆਲਰੇਡੀ ਜਿਹੜਾ ਮੈਡੀਕੇਡ ਆ ਉਹ ਚੋਪਿੰਗ ਬਲੋਕ ਦੇ ਉੱਤੇ ਕਹਿੰਦੇ ਜੀ ਆ ਚੁੱਕਾ ਆ, ਉਸ ਦੇ ਵਿੱਚ ਵੱਡੀਆਂ ਕਟੌਤੀਆਂ ਜਿਹੜੀਆਂ ਕੀਤੀਆਂ ਜਾ ਸਕਦੀਆਂ। ਸੋ ਆਉਣ ਵਾਲੇ ਸਮੇਂ 'ਚ ਪ੍ਰੈਜੀਡੈਂਟ ਟਰੰਪ ਦੇ ਬਜਟ ਦੇ ਵਿੱਚ ਕਹਿੰਦੇ $1.7 trillion ਜਿਹੜਾ ਕੱਟ ਹੋਣਾ ਆ ਆਉਣ ਵਾਲੇ 10 ਸਾਲਾਂ ਦੇ ਵਿੱਚ, ਜਿਹੜੇ ਕਈ ਮੈਂਡੇਟੋਰੀ ਪ੍ਰੋਗਰਾਮ ਆ ਉਹਨਾਂ ਦੇ ਵਿੱਚ, ਅਤੇ $193 billion ਜਿਹੜਾ ਆ ਫੂਡ ਸਟੈਂਪਸ ਦੇ ਵਿੱਚ ਕੱਟ ਹੋਊਗਾ, ਜਿਹੜਾ 25% ਤੋਂ ਵੀ ਜ਼ਿਆਦਾ ਬਣਦਾ ਹੈ ਇਹ ਆਉਣ ਵਾਲੇ 10 ਸਾਲਾਂ ਦੇ ਵਿੱਚ। ਦੈਟਸ ਏ ਲੋਟ, $193 billion। ਅਤੇ ਉੱਦਾਂ ਵੈਸੇ ਹਰਜੋਤ ਸਿੰਘ ਜੀ ਗੱਲ ਇਹ ਆ ਵੀ ਫੂਡ ਸਟੈਂਪਾਂ ਦੇ ਵਿੱਚ ਜਿਹੜੀ ਇਹ ਕਟੌਤੀ ਜਿਹੜੀ ਉਹ ਕੀਤੀ ਜਾ ਰਹੀ ਆ, ਕਈ ਵਾਰੀ ਆਪਾਂ ਦੇਖਦੇ ਹਾਂ ਵੀ ਲੋਕ ਜਿਹੜੇ ਇੱਥੇ ਦੇ ਸਿਸਟਮ ਦਾ ਨਜਾਇਜ਼ ਫਾਇਦਾ ਬਹੁਤ ਜਿਹੜਾ ਆ ਉਹ ਚੱਕਿਆ ਜਾਂਦਾ ਆ। ਸੋ ਆਈ ਥਿੰਕ ਜਿੱਦਾਂ ਇਹਨਾਂ ਨੇ ਉਹ ਗੱਲ ਕੀਤੀ ਸੀ ਅਸੀਂ ਬਿਲਕੁਲ 100% ਉਸ ਗੱਲ ਦੇ ਨਾਲ ਸਹਿਮਤ ਹਾਂ ਵੀ ਜਿੰਨੇ ਵੀ ਸਰਕਾਰ ਦੀ ਵੈਲਫੇਅਰ ਲੈਣੀ ਆ ਉਹਦਾ ਡਰੱਗ ਟੈਸਟ ਜਿਹੜਾ ਆ ਉਹ ਹੋਣਾ ਚਾਹੀਦਾ ਆ, ਕਿਉਂਕਿ ਜਿਹੜਾ ਟੈਕਸ ਇੱਥੋਂ ਬੰਦਾ ਜਿਹੜਾ ਭਰ ਰਿਹਾ ਆ ਉਹ ਵੀ ਕਵੇ ਯਾਰ ਜੇ ਮੇਰਾ ਕਿਸੇ ਸਹੀ ਪਾਸੇ ਨੂੰ ਜਾ ਰਿਹਾ ਆ ਟੈਕਸ, ਵਾਕਿਆ ਹੀ ਲੋੜਵੰਦ ਲੋਕਾਂ ਤੱਕ ਜਿਹੜਾ ਉਹ ਪਹੁੰਚ ਰਿਹਾ ਆ, ਫਿਰ ਤਾਂ ਬੰਦਾ ਕਹਿੰਦਾ ਵੀ ਚੱਲ ਠੀਕ ਆ ਵੀ ਇਟਸ ਓਕੇ। ਪਰ ਜੇ ਉਹ ਦੇਖਦਾ ਹੈ ਯਾਰ ਟੈਕਸ ਮੈਂ ਭਰੀ ਜਾਂਦਾ ਆ, ਗੱਡੀਆਂ ਵੱਡੀਆਂ ਵਾਲੇ ਆ ਫੂਡ ਸਟੈਂਪ ਇਹ ਵਰਤੀ ਜਾਂਦੇ ਆ, ਸੋ ਇਹ ਗੱਲ ਫਿਰ ਉਦੋਂ ਬੰਦੇ ਨੂੰ ਚੁੱਭਦੀ ਵੀ ਹੈ ਯਾਰ ਮੈਂ ਤਾਂ 7 ਟੈਕਸ ਭਰੀ ਜਾਂਦਾ ਫਿਰ। ਸੋ ਆਈ ਥਿੰਕ ਉਹਦੇ ਵਿੱਚ ਕੁਛ ਨਾ ਕੋਈ ਜਿਹੜਾ ਇੱਕ ਇਹਨਾਂ ਨੂੰ ਸਖਤੀ ਜਿਹੜੀ ਉਹ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਸੋ ਇਹਦੇ ਵਿੱਚ ਇਹ ਵੀ ਦੱਸਦੇ ਜਾਈਏ ਵੀ ਪ੍ਰੈਜੀਡੈਂਟ ਟਰੰਪ ਨੇ ਜਿਹੜਾ ਬਲੂ ਪ੍ਰਿੰਟ ਹੈਗਾ ਉਹਨਾਂ ਦਾ ਬਜਟ ਦਾ, ਉਹਦੇ ਵਿੱਚ $54 billion ਦੇ ਕਰੀਬ ਇਨਕਰੀਜ਼ ਹੈਗਾ ਮਿਲਟਰੀ ਦੇ ਵਿੱਚ, ਜਿਹੜਾ ਕਿ 10% ਤੋਂ ਜ਼ਿਆਦਾ ਬਣਦਾ ਹੈਗਾ ਆ ਜੀ। ਅਤੇ ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜਿਹੜੇ ਰਿਪਬਲਿਕਨ ਆ ਉਹ ਅਪਸੈਟ ਵੀ ਹੈਗੇ ਆ, ਕਿਉਂਕਿ ਪਈ ਇਸ ਬਜਟ ਦੇ ਵਿੱਚ ਹੋਰ ਕਈ ਜਿਹੜੇ ਕਮਿਊਨਿਟੀ ਡਿਵੈਲਪਮੈਂਟ ਬਲੋਕ ਗ੍ਰਾਂਟਸ ਹੈਗੀਆਂ ਆ ਜਾਂ ਮੈਡੀਕਲ ਰਿਸਰਚ ਆ ਉਸ ਤਰ੍ਹਾਂ ਨੂੰ ਜਿਹੜਾ ਕੱਟ ਕੀਤਾ ਜਾ ਰਿਹਾ ਕੀਤਾ ਗਿਆ ਹੈ। ਬਿਲਕੁਲ ਇਹੀ ਨਹੀਂ ਆਪਾਂ ਦੇਖ ਰਹੇ ਹਾਂ ਜਿਹੜੀ ਇਨਵਾਇਰਮੈਂਟਲ ਡਿਵੈਲਪਮੈਂਟ ਹੈ ਵਾਲੀ ਜਿਹੜੀ ਹੈਗੀ ਆ ਉਸ ਦੇ ਵਿੱਚੋਂ ਜਿਹੜਾ ਵੱਡੀ ਕਟੌਤੀ ਜਿਹੜੀ ਉਹ ਕੀਤੀ ਜਾ ਰਹੀ ਆ, ਜਿਹੜੇ ਆਫਟਰ ਸਕੂਲ ਪ੍ਰੋਗਰਾਮ ਆ ਬੱਚਿਆਂ ਦੇ ਉਸ ਦੇ ਵਿੱਚ ਜਿਹੜੀ ਆ ਉਹ ਕਟੌਤੀਆਂ ਕੀਤੀਆਂ ਜਾ ਰਹੀਆਂ ਆ। ਸੋ ਲੋਕ ਇਹੀ ਚੀਜ਼ ਨੂੰ ਇਹ ਜਿਹੜਾ ਸੋਚ ਰਹੇ ਆ ਵੀ ਇੰਨੀਆਂ ਕਟੌਤੀਆਂ ਜਿਹੜੀਆਂ ਆ ਉਹ ਸ਼ਾਇਦ ਜਾਇਜ਼ ਨਹੀਂ ਹੈਗੀਆਂ, ਪਰ ਜਿੱਦਾਂ ਦੇਖਿਆ ਵੀ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਕਟੌਤੀ ਕਰਕੇ ਜਿਹੜਾ ਡਿਫੈਂਸ ਬਜਟ ਆ ਉਸ ਨੂੰ ਜਿਹੜਾ ਕਾਫੀ ਕਹਿ ਲਓ ਵੀ ਮੋਟਿਆਂ ਕੀਤਾ ਜਾ ਰਿਹਾ, ਉਸਨੂੰ ਹੋਰ ਜਿਹੜਾ ਰਿਸ਼ਟ ਪੁਸ਼ਟ ਜਿਹੜਾ ਉਹ ਕੀਤਾ ਜਾ ਰਿਹਾ ਹੈ। ਸੋ ਰਾਜਕਨਵੀਰ ਸਿੰਘ ਜੀ ਆਪਾਂ ਇੱਕ ਬ੍ਰੇਕ ਵੀ ਲੈਣੀ ਆ ਅਤੇ ਆਪਣੇ ਜਿਹੜੇ ਸਪੋਂਸਰ ਆ ਉਹਨਾਂ ਦੇ ਨਾਮ ਵੀ ਆਪਾਂ ਸਾਂਝੇ ਕਰ ਲਈਏ, ਫਿਰ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਆਪਾਂ ਜਿਹੜੇ ਸਾਡੇ ਜਿੰਨੇ ਵੀ ਸਰੋਤੇ ਉਹਨਾਂ ਨਾਲ ਹਾਜ਼ਰ ਹੋਵਾਂਗੇ, ਆਪਾਂ ਟਰਾਈ ਕਰਦੇ ਹਾਂ ਇੰਡੀਆਨਾ ਤੋਂ ਅਗਰ ਗੁਰਿੰਦਰ ਸਿੰਘ ਖਾਲਸਾ ਸਾਡੇ ਨਾਲ ਜੁੜਦੇ ਆ, ਖਾਸ ਕਰਕੇ ਜਿਹੜਾ ਅਮੈਰੀਕਾ ਦੇ ਵਿੱਚ ਸਿੱਖ ਅਵੇਅਰਨੈਸ ਜਾਂ ਜਿਹੜਾ ਹੇਟ ਕ੍ਰਾਈਮ ਹੋ ਰਿਹਾ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਜੀ। ਬਿਲਕੁਲ, ਅਤੇ ਪ੍ਰੋਗਰਾਮ ਦੇ ਵਿੱਚ ਬ੍ਰੇਕ ਲੈਣ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਜਰਨੈਲ ਸਿੰਘ ਜੀ ਲੈਨਵਰਡ ਵਾਸ਼ਿੰਗਟਨ ਤੋਂ, ਰਸ਼ਪਾਲ ਸੋਤਾ ਜੀ ਪ੍ਰਾਈਮ ਟਰੱਕ ਡਰਾਈਵਿੰਗ ਸਕੂਲ ਵਾਲੇ ਫਰੈਜ਼ਨੋ ਤੋਂ, ਗੁਰਪ੍ਰੀਤ ਢਿੱਲੋਂ DHS ਟਰੈਵਲ ਵਾਲੇ ਯੂਨੀਵਰਸਿਟੀ ਤੋਂ, ਬਲਵਿੰਦਰ ਸਿੰਘ ਜੀ ਰਿਚਮੰਡ ਹਿੱਲ ਨਿਊਯਾਰਕ ਤੋਂ, ਹਰਬੰਸ ਸਿੰਘ ਜੀ ਸੰਗਰ ਤੋਂ, ਨਰਿੰਦਰ ਸਿੰਘ ਵਿਰਕ ਇੰਡੀਆਨਾ ਪਲੱਸ ਤੋਂ ਅਤੇ ਬੀਸਲਾ ਪਰਿਵਾਰ ਫਰੈਜ਼ਨੋ ਤੋਂ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋਵੋ ਸੰਪਰਕ ਕਰੋ ਨੰਬਰ 408-722-7698 'ਤੇ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਔਨ KOBO 1450 AM ਯੂਬਾ ਸਿਟੀ, KIID 1470 AM ਸੈਕਰਾਮੈਂਟੋ ਐਂਡ KWRU 1300 AM ਫ੍ਰੈਜ਼ਨੋ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ GIN ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਅੱਜ ਦੀ ਸਵੇਰ ਦੇ ਵਿੱਚ। ਅਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ, GIN ਨੂੰ ਸਵਾਗਤ ਹੈ ਜੀ ਤੁਹਾਡਾ ਵੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰੇ ਹੀ ਸਾਡੇ ਪੰਜਾਬੀ ਰੇਡੀਓ USA ਸਰੋਤਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਰੋਤੇ ਸਾਡੇ ਨਾਲ ਗੈਸਟ ਵੀ ਜੁੜ ਚੁੱਕੇ ਆ ਜਿਨ੍ਹਾਂ ਨਾਲ ਅਸੀਂ ਇੱਕ ਮਿੰਟ ਦੇ ਵਿੱਚ ਗੱਲ ਕਰਾਂਗੇ। ਉਹ ਤੋਂ ਪਹਿਲਾਂ ਜਿਹੜੀ ਆਪਾਂ ਖਬਰ ਸਾਂਝੀ ਕਰਨੀ ਆ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਹੇਟ ਕ੍ਰਾਈਮ ਬਹੁਤ ਵਧਿਆ ਆ USA ਦੇ ਵਿੱਚ, ਰਾਈਟ? ਅਤੇ ਰਿਚਮੌਂਡ ਦੇ ਵਿੱਚ ਪਿਛਲੇ ਸਾਲ
ਸਤੰਬਰ 25 ਨੂੰ ਇੱਕ ਜਿਹੜੇ ਆਪਣੇ ਸਿੰਘ ਆ ਜਿਨ੍ਹਾਂ ਦਾ ਨਾਮ ਮਾਨ ਸਿੰਘ ਖਾਲਸਾ ਆ ਉਹਨਾਂ ਨੂੰ ਤਿੰਨ ਜਿਹੜੇ ਆ ਗੋਰਿਆਂ ਨੇ ਅਟੈਕ ਕੀਤਾ ਸੀ, ਦੋ ਜਾਣਿਆਂ ਨੇ ਜਾਂ ਦੋ ਜਾਣਿਆਂ ਨੇ, ਸੋ ਉਹਨਾਂ ਨੂੰ ਹੁਣ ਜਿਹੜੀ ਸਜ਼ਾ ਮਿਲੀ ਹੈਗੀ ਆ 3 ਸਾਲਾਂ ਦੀ ਸਜ਼ਾ ਹੋਈ ਆ ਉਹ ਹੇਟ ਕ੍ਰਾਈਮ ਦੇ ਵਿੱਚ, ਉਹਨਾਂ ਨੇ ਉਹਨਾਂ ਦੇ ਜਿੱਦਾਂ ਵਾਲ ਕੱਟਤੇ ਸੀ ਤੇ ਉਹਨਾਂ ਨੂੰ ਕੁੱਟਿਆ ਮਾਰਿਆ ਵੀ ਕਾਫੀ ਸਾਰਾ ਸੀ। ਬਿਲਕੁਲ, ਗੋ ਬੈਕ ਟੂ ਯੂਅਰ ਕੰਟਰੀ ਇੱਦਾਂ ਦੇ ਵੀ ਜਿਹੜੀ ਉੱਥੇ ਉਹਨਾਂ ਨੇ ਆਖਿਆ। ਇੱਕ 31 ਸਾਲਾ ਚੇਜ਼ ਲਿਟਲ ਬਿਊਮਾਊਂਟ ਦਾ ਅਤੇ ਕੋਲਟਨ ਲਿਬਲੈਂਕ 25 ਸਾਲ ਦਾ ਵਿਨੀ ਦਾ ਰਹਿਣ ਵਾਲਾ, ਇਹਨਾਂ ਦੇ ਉੱਤੇ ਜਿਹੜੇ ਫਾਈਨਲੀ ਅਸੋਲਟ ਦੇ ਜਿਹੜੇ ਆ ਉਹ ਚਾਰਜਿਸ ਹੋਏ ਸੀ ਅਤੇ ਨਾਲ ਹੇਟ ਕ੍ਰਾਈਮ ਦੇ ਜਿਹੜੇ ਚਾਰਜਿਸ ਜਿਹੜੇ ਲਾਏ ਗਏ ਸੀਗੇ, ਜਿਹੜੇ ਜਿੱਦਾਂ ਦੱਸਿਆ ਹੀ ਆ ਵੀ ਮਾਨ ਸਿੰਘ ਖਾਲਸਾ ਦੇ ਉੱਤੇ ਜਿਹੜਾ ਇਹਨਾਂ ਨੇ ਹਮਲਾ ਜਿਹੜਾ ਉਹ ਕੀਤਾ ਸੀਗਾ ਅਤੇ ਉਹਦੇ ਕਰਕੇ ਬਾਅਦ ਦੇ ਵਿੱਚ ਜਿਹੜੀ ਅਦਾਲਤ ਆ ਉਸਨੇ ਇਹ ਦੋ ਟੈਕਸਸ ਦੇ ਰਹਿਣ ਵਾਲਿਆਂ ਨੂੰ 3-3 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਆ। ਜੀ ਬਿਲਕੁਲ, ਇਹ ਵੀ ਦੱਸਦੇ ਇਹ ਜਿਹੜੇ ਮਾਨ ਸਿੰਘ ਖਾਲਸਾ 2003 'ਚ ਯੂ ਐੱਸ ਏ ਆਏ ਸੀ ਅਤੇ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ 'ਚ ਉਹ ਐਜ਼ ਏ ਆਈ ਟੀ ਸਪੈਸ਼ਲਿਸਟ ਕੰਮ ਕਰਦੇ ਆ। ਸੋ ਹੁਣ ਅਗਲੀ ਆਪਾਂ ਸਾਂਝੀ ਕਰਨੀ ਆ ਰਾਜਕਨਵੀਰ ਸਿੰਘ ਜੀ, ਵੀ ਅਨਫੋਰਚੁਨੇਟਲੀ ਕਈ ਆਪਣਾ ਜਿਹੜਾ ਪਿਛਲੇ ਵੀਕਾਂ ਦੇ ਵਿੱਚ ਗੁਰੂ ਘਰਾਂ 'ਚ ਕਈ ਜਗ੍ਹਾ ਰੌਲਾ ਰੱਪਾ ਪੈਂਦਾ ਆ, ਉਹਦੇ ਨਾਲ ਜਿਹੜੀ ਆਪਣੀ ਬਦਨਾਮੀ ਹੁੰਦੀ ਆ। ਜਰਮਨ 'ਚ ਹੋਇਆ, ਹੁਣ ਕੱਲ੍ਹ ਬ੍ਰੈਂਪਟਨ ਕੈਨੇਡਾ 'ਚ ਹੋਇਆ ਜੀ, ਪਰ ਬਹੁਤ ਸਾਰੇ ਜਿਹੜੇ ਆਪਣੇ ਵੀਰ ਹੈਗੇ ਆ ਉਹ ਸਿੱਖ ਅਵੇਅਰਨੈਸ ਨੂੰ ਸਿੱਖੀ ਦੇ ਪ੍ਰਚਾਰ ਲਈ ਉਹ ਲੱਗੇ ਹੋਏ ਹੈਗੇ ਆ ਜੀ, ਨਿਧੜਕ ਲੱਗੇ ਹੋਏ ਆ। ਸੋ ਕੈਲੀਫੋਰਨੀਆ ਦੇ ਵਿੱਚ ਨਿਊਯਾਰਕ ਜਿਹੜੀਆਂ ਵੱਡੀਆਂ ਸਟੇਟਾਂ, ਇੱਥੇ ਜਿਹੜੀ ਸਿੱਖ ਕਮਿਊਨਿਟੀ ਬਹੁਤ ਰਹਿੰਦੀ ਆ, ਪੰਜਾਬੀ ਕਮਿਊਨਿਟੀ ਬਹੁਤ ਰਹਿੰਦੀ ਆ, ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਹੈਗਾ। ਸੋ ਕਈ ਸਟੇਟਾਂ ਹੈਗੀਆਂ ਉੱਥੇ ਬਹੁਤ ਛੋਟੀ ਛੋਟੀ ਕਮਿਊਨਿਟੀ ਆ ਜੀ, ਇਸੇ ਤਰ੍ਹਾਂ ਇੰਡੀਆਨਾ ਸਟੇਟ ਆ ਜਿੱਥੇ ਆਪਣੀ ਸਿੱਖ ਕਮਿਊਨਿਟੀ ਐਡੀ ਵੱਡੀ ਨਹੀਂ ਹੈਗੀ, ਉੱਥੇ ਭਾਈ ਗੁਰਿੰਦਰ ਸਿੰਘ ਖਾਲਸਾ ਕਾਫੀ ਸਮੇਂ ਤੋਂ ਉਹ ਜਿਹੜਾ ਇਸ ਜਿਹੜਾ ਸਿੱਖ ਅਵੇਅਰਨੈਸ ਵੱਲ ਜਾਂ ਵਿਸਾਖੀ ਅਤੇ ਜਿਹੜਾ ਸਿੱਖਾਂ ਨਾਲ ਰਿਲੇਟਡ ਇਸ਼ੂਜ਼ ਆ ਉਹਦੇ ਉੱਤੇ ਬਹੁਤ ਹੀ ਵਧੀਆ ਕੰਮ ਕਰ ਰਹੇ ਆ। ਮੈਂ ਪਰਸਨਲੀ ਵੀ ਉਹਨਾਂ ਨੂੰ ਜਾਣਦਾ, ਸੈਕਰਾਮੈਂਟੋ ਰਹਿੰਦੇ ਸੀ ਅਤੇ ਹੁਣ ਕਾਫੀ ਸਮੇਂ ਤੋਂ ਉਹ ਇੰਡੀਆਨਾ 'ਚ ਜਿਹੜੇ ਰਹਿ ਰਹੇ ਹੈਗੇ ਆ। ਜੀ ਜੀ ਬਿਲਕੁਲ, ਅਤੇ ਆਪਣੇ ਨਾਲ ਇਸ ਟਾਈਮ ਉਹ ਜੁੜ ਵੀ ਚੁੱਕੇ ਨੇ ਗੁਰਿੰਦਰ ਸਿੰਘ ਖਾਲਸਾ ਜੀ। ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਐਨ ਵਾਖਦੇ ਹਾਂ, ਸਵਾਗਤ ਹੈ ਗੁਰਿੰਦਰ ਸਿੰਘ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸਰਜੋਤ ਸਿੰਘ ਖਾਲਸਾ ਜੀ, ਥੈਂਕ ਯੂ ਤੁਹਾਡਾ। ਅਸੀਂ ਤਾਂ ਤੁਹਾਨੂੰ ਉਦੋਂ ਦੇ ਜਾਣਦੇ ਹਾਂ ਜਦੋਂ ਬੇਰੀਏ 'ਚ ਵੀ ਕਾਫੀ ਨਿਕਲ ਕੇ 2 ਦਹਾਕਿਆਂ ਤੋਂ ਵੱਧ ਹੋ ਗਿਆ ਪ੍ਰੋਗਰਾਮ, ਤੁਹਾਨੂੰ ਤੁਹਾਡੇ ਨਾਲ ਜਾਣਕਾਰੀ ਦਾ ਕਾਫੀ ਸਮਾਂ ਲੰਬਾ। ਥੈਂਕ ਯੂ, ਤੁਸੀਂ ਬਹੁਤ ਸਮੇਂ ਤੋਂ ਕਮਿਊਨਿਟੀ ਦੀ ਵੀ ਸੇਵਾ ਕਰ ਰਹੇ ਹੋ, ਜਿਹੜੀ ਕਿ ਉਸ ਟਾਈਮ ਕੋਈ ਵੀ ਨਹੀਂ ਸੀ ਹੁੰਦਾ ਇੰਸ਼ੋਰੈਂਸ ਵਿੱਚ, ਜਦੋਂ ਅਸੀਂ ਸਾਨੂੰ ਪਹਿਲੀ ਵਾਰੀ ਕਾਰ ਲਈ ਤੁਹਾਡੇ ਕੋਲ ਇੰਸ਼ੋਰੈਂਸ ਲਈ ਸੀ ਉਸ ਟਾਈਮ ਜੀ। ਸੋ ਹੁਣ ਇਹ ਦੱਸੋ ਗੁਰਿੰਦਰ ਸਿੰਘ ਜੀ, ਤੁਸੀਂ ਇੰਡੀਆਨਾ ਦੇ ਵਿੱਚ ਕੀ ਕਰ ਰਹੇ ਹੈਗੇ ਆ, ਜਿਹੜੇ ਹੁਣ ਆਪਾਂ ਦੱਸਿਆ ਹੀ ਆ ਵੀ ਹੇਟ ਕ੍ਰਾਈਮ 'ਚ ਕੋਈ ਨਾ ਕੋਈ ਜਿਹੜੇ ਕਮਲੇ ਲੋਕ ਹੁੰਦੇ ਆ ਗਲਤ ਕੰਮ ਕਰ ਜਾਂਦੇ ਆ, ਅਤੇ ਉਹਦੇ ਸੰਬੰਧ ਦੇ ਵਿੱਚ ਤੁਸੀਂ ਸਿੱਖ ਅਵੇਅਰਨੈਸ ਲਈ ਪਿਛਲੇ ਸਮਿਆਂ 'ਚ ਕਾਫੀ ਕੁਛ ਕੀਤਾ ਹੈਗਾ, ਉਹ ਸਾਡੇ ਨਾਲ ਸਾਂਝਾ ਕਰੋ, ਅਸੀਂ ਆਪਣੀ ਫੇਸਬੁੱਕ 'ਤੇ ਵੀ ਸਾਂਝਾ ਕਰਦੇ ਰਹੇ ਜੀ। ਨਹੀਂ, ਥੈਂਕ ਯੂ ਤੁਹਾਡਾ। ਉਹਦੇ 'ਚ ਦੇਖੋ ਕੀ ਹੈਗਾ ਕਿ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ, ਅਮੈਰੀਕਾ ਦੀ ਧਰਤੀ ਦੇ ਉੱਤੇ ਆਪਾਂ ਨੂੰ 100 ਸਾਲ ਤੋਂ ਵੀ 125 ਸਾਲ ਤੋਂ ਵੱਧ ਸਿੱਖਾਂ ਨੂੰ ਇੱਥੇ ਰਹਿੰਦਿਆਂ ਹੋ ਗਿਆ ਜੀ, ਔਰ ਉਸ 9/11 ਤੇ ਤੋਂ ਬਾਅਦ ਇਹ ਮਹਿਸੂਸ ਹੋਇਆ ਕਿ ਸਾਡੀ ਜਿਹੜੀ ਜਾਣਕਾਰੀ ਹੈ ਉਹਦੀ ਬਹੁਤ ਲੋੜ ਹੈ, ਔਰ ਲੋਕਾਂ ਨੂੰ ਸਾਡੇ ਬਾਰੇ ਪਤਾ ਨਹੀਂ ਹੈਗਾ, ਔਰ 9/11 ਤੋਂ ਜਿੱਦਾਂ ਸਾਰੇ ਜਾਣੂ ਆ ਕਿ ਕਿਸ ਤਰ੍ਹਾਂ ਦੇ ਹੇਟ ਕ੍ਰਾਈਮ ਜਿਹੜੇ ਨੇ ਸਾਡੇ ਤੇ ਸਿੱਖੀ ਇਨ ਵਾਇਲੈਂਸ ਜਿਸ ਤਰ੍ਹਾਂ ਕਿ ਹੁਣੇ ਤੁਸੀਂ ਦੱਸਿਆ ਖਾਲਸਾ ਜੀ ਤੇ ਉਹਨਾਂ ਤੇ ਹੋਇਆ, ਔਰ sectarian violence, hate crime and bullying in the schools, 55% of six grade student ne unna de schoolan de vich jehdi hai bullying hundi hai aur koi recording ch nahi aa rahi ji, aur 9/11 ton baad bahut sariyan jathebandiyan jis tarah ke khalsa ji ne dassya ke vadde staten de vich bade level de utte apni sikh jehdi community kafi hai aur kafi der ton is utte bhajnas kar rahi hai, lekin ਕੁਐਸਚਨ ਇਸ ਟਾਈਮ ਇਹ ਹੈਗਾ ਕਿ ਉਹਦੀ ਸਸਟੇਨੇਬਿਲਟੀ ਕੀ ਹੈ, ਜਿਹੜੀ ਸਾਡੀ ਅਵੇਅਰਨੈਸ ਹੈ ਉਹ ਅਸੀਂ ਬਹੁਤ ਲਾਰਜ ਸਕੇਲ ਦੇ ਉੱਤੇ ਕਰ ਰਹੇ ਹਾਂ ਲੇਕਿਨ ਉਹ ਸਸਟੇਨ ਨਹੀਂ ਹੋ ਰਹੀ। ਹਰ ਸਾਲ 15 ਮਿਲੀਅਨ ਜਿਹੜਾ ਸਟੂਡੈਂਟਸ ਨੇ ਅਮੈਰੀਕਾ ਦੇ ਵਿੱਚ ਉਹ ਹਾਈ ਸਕੂਲ ਕਰਦੇ ਨੇ, ਉਹਨਾਂ ਨੂੰ ਸਿੱਖਾਂ ਬਾਰੇ ਕੋਈ ਜਾਣਕਾਰੀ ਨਹੀਂ, ਕਿਉਂ? ਕਿਉਂਕਿ ਸਿੱਖ ਇਤਿਹਾਸ ਜਿਹੜਾ ਉਹ ਸਿੱਖੀ ਜਿਹੜੀ ਹਿਸਟਰੀ ਬੁੱਕਸ ਨੇ ਹਾਈ ਸਕੂਲ ਦੇ ਵਿੱਚ, ਉੱਥੇ ਬਾਕੀ ਜਿੱਥੇ ਬਾਕੀ ਧਰਮਾਂ ਨੂੰ ਪੜ੍ਹਾਇਆ ਜਾ ਰਿਹਾ ਉਹ ਸਿੱਖੀ ਬਾਰੇ ਇਹਨੂੰ ਬਿਲਕੁਲ ਨਹੀਂ ਪੜ੍ਹਾਇਆ ਜਾ ਰਿਹਾ। ਜਿੰਨਾ ਚਿਰ ਤੱਕ ਅਸੀਂ
ਸਿੱਖ ਹਿਸਟਰੀ ਤੇ ਕਲਚਰ ਜਿਹੜੀ ਹੈ, ਆਪਣਾ ਸਿੱਖੀ ਦਾ ਜਿਹੜਾ ਏਡਾ ਸੋਹਣਾ ਇਤਿਹਾਸ ਹੈ ਸਾਡਾ, ਜਿੰਨਾ ਚਿਰ ਤੱਕ ਅਸੀਂ ਪਬਲਿਕ ਸਕੂਲਾਂ ਦੇ ਹਾਈ ਸਕੂਲ ਦੇ ਸਕੂਲ ਤੇ ਜਿਹੜੀ ਹਿਸਟਰੀ ਬੁੱਕਸ ਦੇ ਕਰਿਕੁਲਮ ਚ ਨਹੀਂ ਅਸੀਂ ਕਰਵਾਉਂਦੇ, ਓਨਾ ਚਿਰ ਤੱਕ ਸਾਡੇ ਜਿਹੜੇ ਐਫਰਟਸ ਨੇ ਉਹ ਸਸਟੇਨੇਬਲ ਨਹੀਂ ਹੈਗੇ, ਕਿਉਂਕਿ ਇਹ ਉਹਨਾਂ ਵਾਸਤੇ ਵੀ ਚੰਗਾ, ਸਾਡੇ ਵਾਸਤੇ ਵੀ ਚੰਗਾ, ਆਉਣ ਵਾਲੀ ਜਿਹੜੀ ਯੰਗ ਜਨਰੇਸ਼ਨ ਹੈ ਮੇਨਸਟ੍ਰੀਮ ਅਮੈਰੀਕਨਸ ਨੇ, ਕਿਉਂਕਿ ਅਮੈਰੀਕਾ ਜ਼ਿਆਦਾ ਡਾਇਵਰਸ ਹੋ ਰਿਹਾ, ਉਹਦੇ ਵਾਸਤੇ ਸਾਨੂੰ ਇਹ ਜ਼ਰੂਰੀ ਹੈ। ਇਸੇ ਹੀ ਮੁੱਦੇ ਦੇ ਉੱਤੇ ਅਸੀਂ ਕੈਲੀਫੋਰਨੀਆ ਤੋਂ ਬਾਅਦ ਇੰਡੀਆਨਾ ਬਿਕੇਮ ਦੀ ਸੈਕਿੰਡ ਸਟੇਟ ਟੂ ਇੰਟਰੋਡਿਊਸ ਸਿੱਖ ਹਿਸਟਰੀ ਐਂਡ ਕਲਚਰ ਇਨ ਟੂ ਦੀ ਪਬਲਿਕ ਹਾਈ ਸਕੂਲ ਹਿਸਟਰੀ ਬੁੱਕਸ ਕੋਰਿਕੁਲਮ। ਹੁਣ ਉਸ ਤੋਂ ਬਾਅਦ ਜਿਹੜਾ ਦੂਸਰੀ ਜਿਹੜੀ ਸਭ ਤੋਂ ਵੱਡੀ ਜਿਹੜੀ ਲੋੜ ਹੈਗੀ ਹੈ ਕਿ ਜਿੰਨੀਆਂ ਵੀ ਜਥੇਬੰਦੀਆਂ ਹੁਣ ਤੱਕ ਹੋਂਦ ਚ ਆਈਆਂ ਨੇ ਆਪਣੀਆਂ ਸਿੱਖਾਂ ਦੀਆਂ, ਉਹ ਸਾਰੀਆਂ ਨੋਨ ਪ੍ਰੋਫਿਟ ਨੇ, ਨੋਨ ਪੋਲੀਟੀਕਲ ਰਹੀਆਂ ਨੇ, ਕਿਸੇ ਨਾ ਕਿਸੇ ਤਰੀਕੇ ਨਾਲ ਉਹ ਡਾਇਰੈਕਟਲੀ ਪੋਲੀਟਿਕਸ ਦੇ ਵਿੱਚ ਇਨਫਲੂਐਂਸ ਨਹੀਂ ਕਰ ਸਕੀਆਂ। ਅਸੀਂ ਚਾਹੁੰਦੇ ਹਾਂ ਕਿ ਵੀ ਕੈਨ ਨਾਟ ਇਗਨੋਰ ਪੋਲੀਟਿਕਸ, ਸਾਡਾ ਹੁਣ ਟਾਈਮ ਹੈਗਾ ਕਿ ਅਸੀਂ ਵੀ ਨੀਡ ਟੂ ਗਿਵ ਬੈਕ, ਵੀ ਨੀਡ ਟੂ ਇੰਪਾਵਰ ਦੈਮ, ਐਟ ਦ ਸੇਮ ਟਾਈਮ ਵੀ ਨੀਡ ਟੂ ਪਾਰਟੀਸਪੇਟ ਇਨ ਟੂ ਦੀ ਪੋਲੀਟਿਕਸ ਪੋਲੀਟੀਕਲ ਅਰੀਨਾ। ਖਾਸ ਕਰ ਸਾਡਾ ਯੂਥ ਆਏ, ਉਹਦੇ ਨਜ਼ਰ ਚੱਲਦੇ ਹੋਏ ਪਹਿਲੀ ਵਾਰੀ ਇੰਡੀਆਨਾ ਦੀ ਧਰਤੀ ਦੇ ਵਿੱਚ ਅਸੀਂ ਇੱਥੇ ਸਿੱਖ ਪੋਲੀਟੀਕਲ ਇਲੈਕਸ਼ਨ ਕਮੇਟੀ ਜਿਹੜੀ ਕਿ ਨੋਨ ਪਾਰਟੀਸਨ ਹੈ, ਦੋਨੋਂ ਪਾਰਟੀਆਂ ਮਤਲਬ ਦੋਨੋਂ ਪਾਰਟੀਆਂ ਦੇ ਨਾਲ ਅਸੀਂ ਕੰਮ ਕਰਦੇ ਹਾਂ, ਉਹਦੇ ਵਿੱਚ ਵੱਡੇ ਤੌਰ ਦੇ ਉੱਤੇ ਅਸੀਂ ਜਦੋਂ ਇਹ ਹੋਂਦ ਚ ਆਈ ਸਿਕਸ ਪੈਕ, ਉਦੋਂ ਅਸੀਂ ਜਿਹੜੀਆਂ ਲੋਕਲ ਸਟੇਟ ਤੇ ਫੈਡਰਲ ਲੈਵਲ ਦੇ ਉੱਤੇ ਉਹਨਾਂ ਨੂੰ ਅਸੀਂ ਫਾਈਨੈਂਸ਼ਲੀ ਤੇ ਫਿਜੀਕਲ ਜਿਹੜਾ ਸਮਰਥਨ ਦਿੱਤਾ। ਇਹਦਾ ਮੇਨ ਤਿੰਨ ਮੁੱਦੇ ਨੇ, ਇੱਕ ਤਾਂ ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਦਾ ਹਰ ਸਟੇਟ ਜਿਹੜਾ ਉਹਨਾਂ ਦੇ ਜਿਹੜੇ ਹਾਈ ਸਕੂਲ ਨੇ ਉਹਨਾਂ ਦੇ ਵਿੱਚ ਸਿੱਖੀ ਲਾਗੂ ਕਰਾਈ ਜਾਏ। ਦੂਸਰੀ ਸਾਡੀ ਇਹ ਹੈਗੀ ਹੈ ਕਿ ਸਿੱਖ ਅਵੇਅਰਨੈਸ ਵਾਸਤੇ ਸਾਡੀ ਜਿਹੜੀ ਹੈ ਪਬਲਿਕ ਪਾਰਟੀਸਪੇਸ਼ਨ ਤੇ ਇਨਵੋਲਵਮੈਂਟ ਹੋਏ। ਸ਼ੁਰੂ ਸ਼ੁਰੂ ਚ ਕੀ ਹੈ ਕਿ ਆਪਣੇ ਜਿਹੜੇ ਸਿੱਖ ਨੇ ਉਹ ਇਮੀਡੀਏਟਲੀ ਕਈ ਵਾਰੀ ਇਲੈਕਸ਼ਨ ਨਹੀਂ ਲੜ ਸਕਦੇ, ਪਰ ਜੇਕਰ ਅਸੀਂ ਜਿਹੜੇ ਪੋਲੀਟੀਸ਼ੀਅਨਸ ਨੇ ਜਾਂ ਪੋਲੀਟੀਕਲ ਪਾਰਟੀ ਜੇ ਅਸੀਂ ਸਪੋਰਟ ਕਰਨੇ ਆ, ਉਹ ਅਮੈਰੀਕਾ ਦੇ ਵਿੱਚ ਉਹ ਨੋਮੀਨੇਟ ਕਰ ਸਕਦੇ ਨੇ ਬੜੇ ਬੜੇ ਅੱਛੇ ਅਹੁਦਿਆਂ ਦੇ ਉੱਤੇ। ਉਹ ਕੀ ਹੋਇਆ ਕਿ ਸਾਡੀ ਹੀ ਆਊਟਰੀਚ ਦੀ ਜਿਹੜੀ ਸਿਕਸ ਪੈਕ ਦੀ ਆਊਟਰੀਚ ਕੋਆਰਡੀਨੇਟਰ ਸੀ ਪਰਮਿੰਦਰ ਕੌਰ ਨੇਚਰ, ਹੀ ਹੈਜ਼ ਬੀਨ ਅਪੁਆਇੰਟਿਡ ਐਜ਼ ਏ ਡਿਪਟੀ ਅਟਾਰਨੀ ਜਨਰਲ ਇਨ ਬਾਈ ਦੀ ਅਟਾਰਨੀ ਜਨਰਲ ਆਫ ਇੰਡੀਆਨਾ। ਇੱਕ ਮਤਲਬ ਕਿ ਨਾ ਕੇਵਲ ਸਿੱਖ ਕੇ, ਮਤਲਬ ਕਿ ਪੂਰੇ ਅਮਰੀਕਾ ਚ ਫਸਟ ਟਾਈਮ ਹੋਇਆ ਕਿ ਇੰਡੀਅਨ ਕੁੜੀ, ਖਾਸ ਕਰਕੇ ਸਿੱਖ ਬੱਚੀ ਜਿਹੜੀ ਹੈ ਡਿਪਟੀ ਅਟਾਰਨੀ ਜਨਰਲ ਦੇ ਅਹੁਦੇ ਤੇ ਹੈ। ਦੂਸਰਾ ਇਹ ਪੋਲੀਟੀਕਲ ਪਾਰਟੀਸਪੇਸ਼ਨ ਦੇ ਨਾਲ ਕੀ ਹੋਇਆ ਕਿ ਵਿਦਇਨ ਸਿਕਸ ਮੰਥ ਹੁਣ ਯੂਨੈਨਿਮਸਲੀ ਜਿਹੜਾ ਪਿਛਲੇ 20 April ਨੂੰ ਇੰਡੀਆਨਾ ਸਟੇਟ ਅਸੈਂਬਲੀ ਨੇ ਯੂਨੈਨਿਮਸਲੀ ਜਿਹੜਾ ਉਹ ਜਿਹੜਾ ਸਿੱਖ ਰੈਜੂਲੂਸ਼ਨ ਪਾਸ ਕੀਤਾ। ਉਹਦੇ ਚ ਸਿਗਨੀਫੀਕੈਂਟ ਕੰਟਰੀਬਿਊਸ਼ਨਸ ਟੂ ਅਮਰੀਕਾ ਹਨਾ। ਹਾਂਜੀ ਹਾਂ, ਫਾਰ ਦੀ ਰਿਕੋਗਨਾਈਜ਼ ਦੀ ਕੰਟਰੀਬਿਊਸ਼ਨ ਆਫ ਸਿੱਖਸ ਇਨ ਦੀ US ਐਂਡ ਅਕਰੋਸ ਦੀ US ਐਂਡ ਇੰਡੀਆਨਾ ਫਾਰ ਦਾ ਲਾਸਟ ਓਵਰ 100 ਈਅਰਸ। ਇਹ ਜਿਹੜੀਆਂ ਕੰਮ ਨੇ ਉਹਦੇ ਨਾਲ ਕੀ ਹੋਇਆ ਕਿ ਉਹਦੇ ਨਾਲ ਨਾਲ ਚੱਲਦੇ ਹੀ ਗਵਰਨਰ ਨੇ ਪਿੱਛੇ 15 May ਨੂੰ ਸਰਕਾਰੀ ਤੌਰ ਦੇ ਉੱਤੇ ਇੰਡੀਆਨਾ ਸਟੇਟ ਹਾਊਸ ਦੇ ਵਿੱਚ ਪਹਿਲੀ ਵਾਰੀ ਜਿਹੜੀ ਹੈ ਵਿਸਾਖੀ ਨੂੰ ਮਨਾਇਆ, ਔਰ ਉਹਨੂੰ ਨੈਸ਼ਨਲ ਸਿੱਖ ਡੇ ਦੇ ਵਜੋਂ, ਔਰ 14 April ਨੂੰ ਹਰ ਸਾਲ ਵਾਸਤੇ ਨੈਸ਼ਨਲ ਸਿੱਖ ਹੋਲੀਡੇ ਇੰਡੀਆਨਾ ਸਟੇਟ 'ਚ ਉਹਨਾਂ ਨੇ ਡਿਕਲੇਅਰ ਕੀਤਾ, ਔਰ ਮੰਥ ਆਫ April ਨੂੰ ਨੈਸ਼ਨਲ ਸਿੱਖ ਹੈਰੀਟੇਜ ਮੰਥ। ਉਹਦੇ ਨਾਲ ਕੀ ਹੁੰਦਾ ਕਿ ਬਹੁਤ ਸਾਰੀ ਅਵੇਅਰਨੈਸ ਲੋਕਾਂ ਨੂੰ ਜਾਂਦੀ ਹੈ, ਲੋਕਾਂ ਨੂੰ ਪਤਾ ਲੱਗਦਾ, ਔਰ ਉਹ ਸਾਰੇ ਜਿੰਨਾ ਵੀ ਪ੍ਰੋਕਲੇਮੇਸ਼ਨ ਹੈ ਜਾਂ ਰੈਜੂਲੂਸ਼ਨ ਨੇ ਉਹ ਸਾਰੀਆਂ ਕਾਉਂਟੀਜ ਨੂੰ ਜਾਂਦਾ, ਸਾਰੇ ਜਗ੍ਹਾ ਜਿਹੜੀ ਉਹਦੀ ਅਵੇਅਰਨੈਸ ਸਾਡੀ ਬਣਦੀ ਹੈ। ਇਹਦਾ ਮੇਨ ਮਕਸਦ ਹੈਗਾ ਕਿ ਸਾਨੂੰ ਲਗਾਤਾਰ ਜਿਹੜੀ ਕੰਟੀਨਿਊਸ ਜਿਹੜੀ ਸਸਟੇਨੇਬਲ ਐਫਰਟਸ ਨੇ ਉਹ ਇਸ ਪੱਧਰ ਦੇ ਉੱਤੇ ਕਰਨੇ ਚਾਹੀਦੇ ਨੇ। ਅਸੀਂ ਚਾਹੁੰਦੇ ਹਾਂ ਕਿ ਜਿਸ ਪੱਧਰ ਤੇ ਅਸੀਂ ਭਾਈਨੈਸ ਕਰ ਰਹੇ ਹਾਂ ਸਟੇਟ ਲੈਵਲ ਤੇ ਇੱਥੇ ਇੰਡੀਆਨਾ 'ਚ, ਉਸ ਪੱਧਰ ਦੇ ਉੱਤੇ ਹੋਰਨਾਂ ਜਿਹੜੇ ਵੱਡੇ ਸਟੇਟ ਨੇ, ਖਾਸ ਕਰਕੇ ਕੈਲੀਫੋਰਨੀਆ, ਨਿਊਯਾਰਕ ਹੈ ਜਾਂ ਟੈਕਸਸ ਹੈ, ਜਿੱਥੇ ਆਪਣੀ ਬਹੁਤ ਜ਼ਿਆਦਾ ਕਮਿਊਨਿਟੀ ਹੈ, ਆਪਾਂ ਨੂੰ ਇੱਕ ਸਟਰੈਂਥ ਬਣਨੀ ਚਾਹੀਦੀ ਹੈ, ਕੋਲੈਕਟਿਵ ਐਫਰਟ ਕਰਨਾ ਚਾਹੀਦਾ ਤਾਂ ਕਿ ਆਉਣ ਵਾਲੇ ਟਾਈਮ ਦੇ ਉੱਤੇ ਅਸੀਂ ਇਸ ਚੀਜ਼ ਨੂੰ ਕਾਰਵਾਈ ਕਰ ਸਕੀਏ। ਹੁਣ ਤੋਂ ਅੱਧੇ ਘੰਟੇ ਬਾਅਦ ਜਿਹੜੀ ਅਮਰੀਕਾ ਦੀ ਜਿਹੜੀ ਐਜੂਕੇਸ਼ਨ ਸੈਕਟਰੀ ਉਹਨਾਂ ਸਾਡੀ ਮੀਟਿੰਗ ਹੈਗੀ ਹੈ ਇੰਡੀਆਨਾ 'ਚ ਹੀ ਹੁਣੇ, ਤਾਂ ਕਿ ਉਹਨਾਂ ਵੀ ਇਹ ਗੱਲ ਕਰ ਰਹੇ ਹਾਂ ਕਿ ਕਿਸੇ ਤਰ੍ਹਾਂ ਫੈਡਰਲ ਲੈਵਲ ਤੇ ਵੀ ਅਸੀਂ ਐਜੂਕੇਸ਼ਨ ਦੇ ਵਿੱਚ ਸਿੱਖੀ ਨੂੰ ਲਾਗੂ ਕੀਤਾ ਜਾਵੇ। ਇਹ ਤਾਂ ਬਿਲਕੁਲ ਬਹੁਤ ਜ਼ਰੂਰੀ ਆ ਗੁਰਿੰਦਰ ਸਿੰਘ ਜੀ, ਈਵਨ ਦੋ ਜਿੱਦਾਂ ਹੁਣ ਕਈ ਸਟੇਟਾਂ ਆ ਉਹਨਾਂ ਦੇ ਵਿੱਚ ਆਪਣੀ ਪੋਪੂਲੇਸ਼ਨ ਘੱਟ ਆ, ਪਰ ਜਿਸ ਤਰ੍ਹਾਂ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਹੈਗੇ ਜਿਹੜੇ ਬਿਜ਼ਨਸ ਆ ਉਹਨਾਂ ਦੇ, ਖਾਸ ਕਰਕੇ ਗੈਸ ਸਟੇਸ਼ਨ ਆ, ਕਨਵੀਨੀਅੰਸ ਸਟੋਰਸ ਆ ਜਾਂ ਟਰੱਕਿੰਗ 'ਚ ਆ, ਉਹ ਹਰ ਇੱਕ ਸਟੇਟ ਦੇ ਵਿੱਚ ਹੈਗੇ ਆ। ਜੀ ਜੀ, ਟਰੱਕਾਂ ਵਾਲੇ ਤਾਂ ਚਾਹੇ ਹਰ ਸਟੇਟ 'ਚ ਹੀ ਲੰਘਦੇ ਆ, ਰਾਈਟ? ਸੋ ਇਹ ਜੇ ਬਿਲਕੁਲ ਪੂਰੀ ਤਰ੍ਹਾਂ ਜਿੱਦਾਂ ਜੇ ਸਾਰੀਆਂ ਸਟੇਟਾਂ 'ਚ ਹੋ ਜਾਏ, ਘੱਟੋ ਘੱਟ 2 ਪੇਜ ਦਾ ਹੀ ਹੋਵੇ ਚਾਹੇ ਸਿੱਖਾਂ ਬਾਰੇ, ਉਹਨਾਂ ਨੂੰ ਪਤਾ ਹੋਵੇ ਵੀ ਦਸਤਾਰ ਕੀ ਆ, ਇਹਨਾਂ ਦੇ ਪੰਜ ਬਰੀਫ ਇੰਟਰੋਡਕਸ਼ਨ ਹੋਵੇ ਜੀ, ਤੇ ਉਹ ਬਹੁਤ ਹੀ ਫਾਇਦੇ ਵਾਲੀ ਗੱਲ ਹੋਊਗੀ। ਜੀ
ਬਿਲਕੁਲ ਜਿਹੜੀ ਬਰੀਫ ਜਿਸ ਤਰ੍ਹਾਂ ਤੁਸੀਂ ਖਾਲਸਾ ਜੀ ਦੱਸਿਆ ਕਿ ਬਰੀਫ ਜਿਹੜੀ ਇੰਟਰੋਡਕਸ਼ਨ ਹੈ ਕਿਉਂਕਿ ਨੋ ਮੈਟਰ ਵਾਟ ਕਿ ਅਸੀਂ ਕਿਸੇ ਸਟੇਟ 'ਚ ਰਹਿ ਰਹੇ ਹਾਂ ਜਾਂ ਨਹੀਂ ਰਹਿ ਰਹੇ, ਜੇ ਉਹਨਾਂ ਨੂੰ ਸਾਡੇ ਬਾਰੇ ਪਤਾ ਹੋਏਗਾ, ਜੇ ਆਪਣੇ ਭੈਣ ਭਰਾ ਉੱਥੇ ਪਹੁੰਚਣਗੇ ਉਹ ਸਾਨੂੰ ਸਾਡਾ, ਕਿਉਂਕਿ ਜਿਹਨਾਂ ਨੂੰ ਲੋਕਾਂ ਨੂੰ ਪਤਾ ਲੱਗਦਾ ਵੀ ਸਿੱਖੀ ਕੀ ਹੈ, ਹੂ ਵੀ ਆਰ ਐਂਡ ਵਟ ਵੀ ਸਟੈਂਡ, ਉਹ ਇੰਨੀ ਰਿਸਪੈਕਟ ਕਰਦੇ ਨੇ, ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਸੀ ਤੁਸੀਂ ਇੱਦਾਂ ਸੀ, ਤਾਂ ਤੁਹਾਨੂੰ ਮਤਲਬ ਕਿ ਦੇਖੋ ਕੁਐਸਚਨ ਹੈਗਾ ਕਿ ਆਪਾਂ ਸਾਰੇ ਜਾਣਦੇ ਹਾਂ ਤੇ ਫੀਅਰ ਇਜ਼ ਆਫ ਅਨਨੋਨ, ਮੋਮੈਂਟ ਵੀ ਨੋ ਫੀਅਰ ਇਜ਼ ਗੋਨ, ਇਸ ਕਰਕੇ। ਔਰ ਦੂਜੇ ਨੰਬਰ ਤੇ ਸਾਨੂੰ ਇਹ ਵੀ ਜ਼ਰੂਰ ਯਾਦ ਰੱਖਣਾ ਚਾਹੀਦਾ ਜਦੋਂ ਵੀ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਹਾਂ, ਕਿਉਂਕਿ ਅਸੀਂ ਮੇਨ ਸਟ੍ਰੀਮ ਅਮੈਰੀਕਨਸ ਨੂੰ ਇਹ ਕਹਿ ਰਹੇ ਹਾਂ ਕਿ ਤੁਸੀਂ ਸਾਨੂੰ ਜੱਜ ਨਾ ਕਰੋ ਔਨ ਦੀ ਬੇਸਡ ਆਫ ਅਵਰ ਅਪੀਅਰੈਂਸ ਐਂਡ ਵਟ ਵੀ ਵੀਅਰ, ਰਾਈਟ? ਐਟ ਦ ਸੇਮ ਟਾਈਮ ਜਦੋਂ ਅਸੀਂ ਕਹਿੰਦੇ ਹਾਂ ਜੀ ਉਹ ਇਗਨੋਰੈਂਟ ਨੇ ਇਸ ਕਰਕੇ ਉਹਨੂੰ ਸਾਡੇ ਬਾਰੇ ਨਹੀਂ ਪਤਾ, ਦ ਮੋਮੈਂਟ ਵੀ ਸੇ ਇਗਨੋਰੈਂਟ ਇਟ ਮੀਨਸ ਵੀ ਆਰ ਜੱਜਿੰਗ ਦੈਮ, ਦੇ ਆਰ ਦੇ ਇਟਸ ਅ ਲੈਕ ਆਫ ਅਵੇਅਰਨੈਸ ਬਿਕੋਜ਼ ਦੇ ਡੋਂਟ ਨੋ ਹੂ ਵੀ ਆਰ, ਐਂਡ ਸਾਨੂੰ ਚਾਹੀਦਾ ਕਿ ਅਸੀਂ ਉਹਨੂੰ ਕਿਵੇਂ ਕਰਨਾ ਹੈ। ਦੂਸਰੀ ਜਿਹੜੀ ਇਹ ਜਿਹੜੀ ਸਭ ਤੋਂ ਵੱਡੀ ਜਿਹੜੀ ਮੈਂ ਤੁਹਾਡੇ ਇੱਥੋਂ ਤੁਹਾਡੇ ਚੈਨਲ ਤੋਂ ਬੜੇ ਦੁਨੀਆ ਪਹੁੰਚ ਤੱਕ ਪਹੁੰਚ ਹੁੰਦੀ ਹੈ, ਉਹ ਕਰਨਾ ਚਾਹੁੰਦਾ ਕਿ ਦੇਖੋ ਆਪਾਂ ਕਹਿੰਦੇ ਹਾਂ ਟੋਲਰੈਂਸ ਹੋਣੀ ਚਾਹੀਦੀ, ਟੋਲਰੈਂਸ ਟੋਲਰੈਂਸ ਕੀ ਹੈ? ਟੋਲਰੈਂਸ ਬੜਾ ਨੈਗੇਟਿਵ ਲਵਜ਼ ਹੈ, ਅਸੀਂ ਉਸ ਚੀਜ਼ ਨੂੰ ਟੋਲਰੇਟ ਕਰਦੇ ਹਾਂ ਜਿਹੜੀ ਚੀਜ਼ ਨੂੰ ਅਸੀਂ ਐਕਸੈਪਟ ਨਹੀਂ ਕਰਦੇ। ਵੀ ਨੀਡ ਟੂ ਗਿਵ ਦੀ ਮੈਸੇਜ ਆਫ ਐਕਸੈਪਟੈਂਸ ਐਂਡ ਅੰਬਰੇਸ ਅਦਰ ਥਿੰਗਸ, ਯੂ ਨੋ। ਜੇ ਅਸੀਂ ਕਹਿੰਦੇ ਹਾਂ ਜੀ ਮਤਲਬ ਟੋਲਰੈਂਸ ਹੋਣੀ ਚਾਹੀਦੀ ਹੈ, ਟੋਲਰੈਂਸ ਟੋਲਰੈਂਸ ਕੀ ਹੈ? ਜਿਹੜੀ ਮਤਲਬ ਵੀ ਟੋਲਰੇਟ ਹੈਡਕ, ਵੀ ਟੋਲਰੇਟ ਕੇ ਜਿਹੜਾ ਬੱਚਾ ਤੰਗ ਕਰ ਰਿਹਾ ਛੋਟਾ ਜਿਹਾ, ਅਸੀਂ ਉਹਨੂੰ ਟੋਲਰੇਟ ਕਰਦੇ ਹਾਂ, ਲੇਕਿਨ ਦੂਜਾ ਜਿਹੜਾ ਧਰਮ ਹੈ, ਦੂਜੀ ਜਿਹੜੀ ਕਲਚਰ ਹੈ, ਉਹਨੂੰ ਅਸੀਂ ਟੋਲਰੇਟ ਨਹੀਂ ਕਰਨਾ। ਅਸੀਂ ਵੀ ਦੂਜੀ ਕਲਚਰਸ ਨੂੰ ਦੂਜੀਆਂ ਡਾਇਵਰਸ ਕਮਿਊਨਿਟੀਜ਼ ਨੂੰ ਐਕਸੈਪਟ ਕਰਨਾ ਹੈ ਤੇ ਉਹਨਾਂ ਨੂੰ ਮੈਸੇਜ ਦੇਣਾ ਹੈ ਅੰਬਰੇਸਮੈਂਟ ਦਾ ਤੇ ਐਕਸੈਪਟਿੰਗ ਦਾ। ਜੀ ਜੀ, ਸੋ ਇੱਕ ਗੱਲ ਗੁਰਿੰਦਰ ਸਿੰਘ ਜੀ ਬਹੁਤ ਵਧੀਆ ਵੀ ਜਿਹੜਾ ਤੁਸੀਂ ਸਿੱਖ ਪੈਕ ਬਣਾਇਆ ਨੋਨ ਪਾਰਟੀਸ਼ਨ ਆ, ਵੀ ਦੋਨੋਂ ਪਾਰਟੀਆਂ ਨੂੰ ਜਿਹੜੇ ਜਿਹੜੇ ਵੀ ਚਾਹੇ ਉਹ ਰਿਪਬਲਿਕਨ ਹੋਣ ਚਾਹੇ ਡੈਮੋਕਰੇਟ ਹੋਣ, ਜਿਹੜੇ ਵੀ ਸਾਡੇ ਇਸ਼ੂਜ਼ ਨੂੰ ਸਪੋਰਟ ਕਰੇਗਾ ਉਹ ਆਪਾਂ ਉਹਨਾਂ ਨੂੰ ਸਪੋਰਟ ਕਰਾਂਗੇ। ਸੋ ਨਹੀਂ ਤਾਂ ਕੀ ਹੁੰਦਾ ਵੀ ਆਪਣੇ ਬਹੁਤ ਸਾਰੇ ਪੰਜਾਬੀ ਆ ਇੱਕ ਪਾਰਟੀ ਨੂੰ ਹੀ ਸਪੋਰਟ ਕਰਦੇ ਆਏ ਆ ਪਿਛਲੇ ਕਾਫੀ ਲੰਮੇ ਸਮੇਂ ਤੋਂ, ਪਰ ਆਪਾਂ ਹੁਣ ਜਿਸ ਤਰ੍ਹਾਂ ਰਾਜਕਰਨਵੀਰ ਸਿੰਘ ਜੀ ਦੇਖਿਆ ਹੀ ਆ ਵੀ ਜਦੋਂ ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ਹੋਈ ਸੀ ਕਿਸ ਤਰ੍ਹਾਂ ਉੱਥੇ ਅਰਦਾਸ ਕੀਤੀ ਸੀ ਹਰਮੀਤ ਕੌਰ ਢਿੱਲੋਂ ਨੇ, ਫਿਰ ਜਦੋਂ ਪ੍ਰੈਜ਼ੀਡੈਂਟ ਟਰੰਪ ਦੀ ਉਹਨਾਂ ਨੇ ਜਦੋਂ ਸਹੁੰ ਵੀ ਚੱਕੀ ਸੀ ਉਸ ਟਾਈਮ ਤੇ ਵੀ ਜਿਹੜਾ ਇੱਕ ਸਿੱਖ ਆ ਉਹਨਾਂ ਉਹ ਉੱਥੇ ਜਾ ਕੇ ਬੋਲਿਆ ਸੀ ਚਰਚ ਦੇ ਵਿੱਚ, ਰਾਈਟ ਜੀ? ਸੋ ਇਹ ਵੀ ਬਹੁਤ ਵਧੀਆ ਕੰਮ ਆ ਵੀ ਤੁਹਾਡਾ, ਵੀ ਦੋਨਾਂ ਪਾਰਟੀਆਂ ਦੇ ਨਾਲ ਰਲ ਕੇ ਸਾਨੂੰ ਚੱਲਣਾ ਚਾਹੀਦਾ ਹੈਗਾ। ਬਿਲਕੁਲ ਬਿਲਕੁਲ, ਉਸੇ ਵਿੱਚ ਹੀ ਭਲਾਈ ਆ। ਅਸੀਂ ਚਾਹੁੰਦੇ ਹਾਂ ਵੀ ਸਿੱਖ ਜਿਹੜਾ ਵੀ ਹੈ ਜਿਹੜੀ ਮਰਜ਼ੀ, ਦੇਖੋ ਦੋ ਪਾਰਟੀਆਂ ਨੇ, ਹਰ ਬੰਦੇ ਨੂੰ ਆਪਣੀ ਰਾਈਟ ਹੈ ਵੀ ਕਿਹੜੀ ਪਾਰਟੀ ਕਿਹੜੀ ਆਈਡੋਲੋਜੀ ਨਾਲ ਉਹਨੇ ਐਕਸੈਪਟ ਕਰਨਾ, ਲੇਕਿਨ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜੀ ਪ੍ਰਾਇਓਰਟੀ ਹੋਣੀ ਚਾਹੀਦੀ ਹੈ ਕਿ ਅਸੀਂ ਜਿਹੜੀ ਮਰਜ਼ੀ ਪਾਰਟੀ ਨੂੰ ਸਪੋਰਟ ਕਰੀਏ, ਲੇਕਿਨ ਜਿਹੜੇ ਇੰਡੀਵਿਜੁਅਲ ਨੂੰ ਪੋਲੀਟੀਸ਼ੀਅਨ ਨੂੰ ਜਾਂ ਪਾਰਟੀ ਸਪੋਰਟ ਕਰੀਏ, ਸਾਡੀ ਪ੍ਰਾਇਓਰਟੀ ਹੋਣੀ ਚਾਹੀਦੀ ਹੈ ਕਿ ਅਸੀਂ ਆਪਣਾ ਸਾਡਾ ਉਹ ਸਾਡੇ ਸਿੱਖ ਏਜੰਡੇ 'ਤੇ ਕੰਮ ਕਰਨ। ਸਾਡਾ ਸਿੱਖ ਏਜੰਡਾ ਕੀ ਹੈ ਕਿ ਸਾਡੀ ਅਵੇਅਰਨੈਸ ਵਾਸਤੇ ਸਕੂਲਾਂ 'ਚ ਐਜੂਕੇਸ਼ਨ ਵਿੱਚ ਲਾਉਣ, ਔਰ ਸਾਡੀ ਜਿਹੜੀ ਇਹ ਸਿੱਖ ਜਿਹੜੇ ਨੇ ਆਪਣੇ ਅਹਿਮ ਅਪੁਆਇੰਟਮੈਂਟਸ ਦੇਣ ਜਾਂ ਉਹਨਾਂ ਦੀ ਹੈਲਪ ਕਰਨ ਕਿ ਅੱਗੇ ਉਹ ਪਬਲਿਕ ਆਫਿਸ ਵਾਸਤੇ ਰਨ ਕਰ ਸਕਣ। ਔਰ ਖਾਸ ਕਰਕੇ ਮੈਂ ਚਾਹੁੰਦਾ ਕਿ ਸਾਡਾ ਜਿਹੜਾ ਯੂਥ ਅੱਗੇ ਆਏ, ਕਿਉਂਕਿ ਅਮੈਰੀਕਨ ਕਲਚਰ ਬਹੁਤ ਸਟਰੋਂਗ ਹੈ, ਅਸੀਂ ਨਹੀਂ ਚਾਹੁੰਦੇ ਵੀ ਅਮੈਰੀਕਨ ਕਲਚਰ ਮਾੜਾ ਹੈ, ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਇੱਕ ਵਿਲੱਖਣਤਾ ਹੈ ਆਉਣ ਵਾਲੇ ਟਾਈਮ ਦੇ ਵਿੱਚ। ਦੇਖੋ ਆਪਾਂ ਇੱਥੇ ਅਮੈਰੀਕਾ ਦੀ ਧਰਤੀ ਦੇ ਉੱਤੇ ਸਿੱਖਾਂ ਨੇ ਬਹੁਤ ਬੜੀਆਂ ਮੱਲਾਂ ਮਾਰੀਆਂ ਨੇ, ਬਹੁਤ ਸਾਰਾ ਸਰਮਾਇਆ ਇਕੱਠਾ ਕੀਤਾ, ਪਰ ਮੈਂ ਤੁਹਾਡੇ ਅਦਾਰੇ ਤੋਂ ਇਹ ਗੱਲ ਕਹਿਣਾ ਚਾਹੁੰਦਾ ਵਾਂ, ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਹੈ ਉਹ ਸਾਡੇ ਤੋਂ ਸਿਆਣੀ ਹੈ, ਉਹ ਸਮਝਦਾਰ ਹੈ, ਉਹ ਜੇ ਸਾਡੇ ਗੁਰੂ ਘਰ ਵੀ ਜਾਂਦੇ ਨੇ ਸਾਡੇ ਬੱਚੇ, ਉਸ ਉਹਨੂੰ ਸਮਝ ਕੇ ਉਹਨੂੰ ਕਰਦੇ ਨੇ, ਫਿਰ ਉਹ ਸਮਝਦੇ ਨੇ ਬਈ ਉਹਨਾਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਕਦੇ ਮਾਫ਼ ਨਹੀਂ ਕਰਨਾ ਇਸ ਗੱਲ ਤੋਂ ਕਿ ਸਾਡੇ ਜਿਹੜੇ ਬਜ਼ੁਰਗ ਸਨ ਅਮਰੀਕਾ ਜਾਏ ਕੰਮ ਬਹੁਤ ਕੀਤਾ, ਉਹਨਾਂ ਨੇ ਸਰਮਾਇਆ ਬਹੁਤ ਇਕੱਠਾ ਕੀਤਾ, ਲੇਕਿਨ ਆਪਣੀ ਜਿਹੜੀ ਵਿਲੱਖਣਤਾ ਸੀ, ਆਪਣੀ ਜਿਹੜੀ ਪਹਿਚਾਣ ਸੀ, ਉਹਨੂੰ ਉਹਨਾਂ ਨੇ ਪ੍ਰਾਇਓਰਟੀ ਨਹੀਂ ਦਿੱਤੀ। ਔਰ ਆਉਣ ਵਾਲੀ ਸਾਡੀ ਜਨਰੇਸ਼ਨ ਇਹਨੂੰ ਮਾਫ਼ ਨਹੀਂ ਕਰੇਗੀ, ਇਟਸ ਅ ਮੈਟਰ ਆਫ ਟਾਈਮ, ਕਿਉਂਕਿ ਹਿਸਟਰੀ ਵੀ ਵਿਲ ਬੀ ਜਸਟ ਬਾਏ ਦੀ ਹਿਸਟਰੀ। ਕੁਐਸਚਨ ਇਹ ਹੁੰਦਾ ਕਿ ਸਾਡਾ ਡਿਸੀਜਨ ਰੋਂਗ ਜਾਂ ਰਾਈਟ ਇਹ ਮੈਟਰ ਨਹੀਂ ਕਰਦਾ, ਕਿਉਂਕਿ 7 out of 10 ਡਿਸੀਜਨ ਜਿਹੜੇ ਨੇ ਵੱਡੀਆਂ ਵੱਡੀਆਂ ਸਰਕਾਰਾਂ ਦੇ, ਗੌਰਮੈਂਟਾਂ ਦੇ, ਵੱਡੀ ਵੱਡੀ ਕਾਰਪੋਰੇਸ਼ਨ ਦੇ, ਇਧਰ ਦੇ ਬਿਕਮ ਆਬਸੋਲੀਟ ਔਰ ਬਿਕਮ ਇਰਰੈਲੇਵੈਂਟ। ਕੁਐਸਚਨ ਇਹ ਹੈ ਕਿ ਸਾਡੀ ਇੰਟੈਂਸ਼ਨ ਕੀ ਸੀ? ਵੀ ਵਿਲ ਆਲਵੇਜ ਬੀ ਜਸਟ ਬਾਏ ਆਵਰ ਕਮਿੰਗ ਜਨਰੇਸ਼ਨ, ਆਵਰ ਇੰਟੈਂਸ਼ਨ, ਸਾਡੀ ਇੰਟੈਂਸ਼ਨ ਉਸ ਟਾਈਮ ਕੀ ਸੀਗੀ, ਸਾਡੀ ਪ੍ਰਾਇਓਰਟੀ ਕੀ ਸੀਗੀ। ਇਸ ਟਾਈਮ ਸਾਡੀ ਪ੍ਰਾਇਓਰਟੀ ਹੋਣੀ ਚਾਹੀਦੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਿੱਖੀ ਨੂੰ ਬੜੇ ਬੜੇ ਅੱਛੇ ਢੰਗ ਦੇ ਨਾਲ ਲੈ ਕੇ ਜਾਈਏ, ਔਰ ਜਿੰਨਾ ਚ ਇਫ ਵੀ ਆਰ ਨਾਟ ਔਨ ਦਾ ਟੇਬਲ ਵੀ ਆਰ ਔਨ ਦਾ ਮੈਨਿਊ, ਜਿੰਨਾ ਚਿਰ ਤੱਕ ਅਸੀਂ ਪੋਲੀਟੀਕਲ ਇਨਵੋਲਵਮੈਂਟ ਨਹੀਂ ਕਰਾਂਗੇ ਉਹਨਾਂ ਚਿਰ ਤੱਕ ਵੀ ਅਸੀਂ ਸਿਮਸੀ ਦੇ ਔਰ ਪੀਟੀ ਦੇ ਪਾਤਰ ਬਣੇ ਰਹਾਂਗੇ। ਵੀ ਡੋਂਟ ਵਾਂਟ ਦੈਟ, ਵੀ ਆਰ ਦੀ ਸਿੱਖਸ ਆਰ ਵਨ ਆਫ ਦੀ fastest growing business community across America. ਇੰਨਾ ਸਾਡਾ ਸਰਮਾਇਆ, ਅਸੀਂ ਆਪਣੀ ਵੋਟ ਦੇ ਨਾਲ ਨਹੀਂ ਅੱਗੇ ਜਾ ਸਕਦੇ, ਪਰ ਆਪਣੀ ਜਿਹੜੀ ਸਰਮਾਇਆ ਉਹਦੇ ਨਾਲ ਅਸੀਂ ਆਪਣੀ ਪਹਿਚਾਣ ਨੂੰ ਬੜੇ
ਕਿੱਤੇ ਤੱਕ ਲੈ ਜਾ ਸਕਦੇ ਹਾਂ। ਤੇ ਗੁਰਿੰਦਰ ਜੀ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਜੇ ਕੋਈ ਇੱਦਾਂ ਸਿੱਖ ਪੈਕ ਨੂੰ ਜੁਆਇਨ ਕਰਨਾ ਚਾਹੁੰਦਾ ਹੋਵੇ, ਕੋਈ ਐਕਟਿਵਿਸਟ ਹੋਵੇ, ਕੋਈ ਚਾਹੁੰਦਾ ਹੋਵੇ ਵੀ ਇੱਦਾਂ ਆ, ਜਾਂ ਹੋਰ ਸਟੇਟਸ ਦੇ ਵਿੱਚ ਇਹਦੇ ਚੈਪਟਰ ਸ਼ੁਰੂ ਕਰਨੇ ਚਾਹੁੰਦੇ ਹੋਣ, ਸੋ ਕਿੱਦਾਂ ਪ੍ਰੋਸੀਜਰ ਆ, ਕਿਵੇਂ ਕਿਵੇਂ ਕੋਈ ਇਸ ਦੇ ਵੱਲ ਨੂੰ ਵੱਧ ਸਕਦਾ? ਹਾਂ ਐਬਸੋਲੂਟਲੀ, ਅਸੀਂ ਹੁਣ ਮਤਲਬ ਇੰਡੀਵਿਜੁਅਲ ਲੈਵਲ ਦੇ ਉੱਤੇ ਅਸੀਂ ਜਿੰਨੇ ਵੀ ਸਟੇਟ ਨੇ ਉਹਨਾਂ ਦੇ ਅਸੀਂ ਗੱਲਬਾਤ ਕਰ ਰਹੇ ਹਾਂ, ਹਰ ਸਟੇਟ ਦੇ ਵਿੱਚ ਚੈਪਟਰ ਖੋਲਣ ਦੀ ਕਾਰਵਾਈ ਕਰ ਰਹੇ ਹਾਂ। ਇਸ ਟਾਈਮ ਅਸੀਂ ਓਰਗਨ ਸਟੇਟ ਦੇ ਵਿੱਚ ਗੱਲਬਾਤ ਚੱਲ ਰਹੀ, ਸਾਡੀ ਕੁਛ ਬੰਦਿਆਂ ਨਾਲ ਕੈਲੀਫੋਰਨੀਆ ਚੱਲ ਰਹੀ ਹੈ, ਇਸ ਟਾਈਮ ਨਿਊਯਾਰਕ, ਚਾਰ ਪੰਜ ਸਟੇਟਾਂ 'ਚ ਗੱਲਬਾਤ ਚੱਲ ਰਹੀ ਹੈ। ਉਹਦੇ ਵਾਸਤੇ ਇਮੀਡੀਏਟਲੀ ਤੇ ਤਾਂ ਤੁਸੀਂ ਮਤਲਬ ਡਾਇਰੈਕਟ ਕਾਲ ਕਰਨੀ ਹੈਗੀ ਹੈ 317-308-1050 ਫੋਨ ਨੰਬਰ ਹੈ, ਜਾਂ ਖਾਲਸਾ KHALSA ਖਾਲਸਾ @sixpack.com ਜਾਂ info@sixpack.com ਤੇ। ਔਰ ਮੈਂਬਰ ਬਣ ਵਾਸਤੇ ਉਹਦੇ ਨਾਲ ਤੁਸੀਂ ਕੋਈ ਵੀ ਹੋਰ ਇਨਫੋਰਮੇਸ਼ਨ ਕਰਨੀ ਹੈ, ਮੈਂਬਰ ਬਣਨਾ ਹੈ sixpack.com ਤੇ ਜਾ ਸਕਦੇ ਨੇ। ਔਰ ਉਹਦੇ ਨਾਲ ਇੱਕ ਹੋਰ ਅਸੀਂ ਚਾਹੁੰਦੇ ਕਿ ਜਿੰਨਾ ਯੂਥ ਹੈ ਉਹ ਸਾਡੇ ਨਾਲ ਅੱਗੇ ਆਏ, ਕਿਉਂਕਿ ਅਸੀਂ ਬਹੁਤ ਹੁਣ ਆਉਣ ਵਾਲੇ ਟਾਈਮ ਦੇ ਉੱਤੇ ਅਸੀਂ ਫੈਡਰਲ ਲੈਵਲ 'ਤੇ ਬਹੁਤ ਵੱਡੇ ਪ੍ਰੋਗਰਾਮ ਉਲੀਕ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਜਿਹੜਾ ਸਿੱਖ ਯੂਥ ਹੈ ਉਹ ਇਹਦੇ ਨਾਲ ਲੱਗੇ ਔਰ ਇਹਦੇ ਵਿੱਚ ਆਏ, ਅੱਗੇ ਅਸੀਂ ਉਹਦੀਆਂ ਇੰਟਰਨਸ਼ਿਪ ਦੇ ਵਿੱਚ ਉਹਨਾਂ ਨੂੰ ਕਰਵਾਈਏ, ਅੱਗੇ ਜਿਹੜੀਆਂ ਅਪਾਇੰਟਮੈਂਟਸ ਨੇ ਉੱਥੇ ਕਰਵਾਈਏ। ਤੁਸੀਂ ਮੰਨੋਗੇ ਨਹੀਂ, ਇਸ ਟਾਈਮ ਸਾਨੂੰ ਜਿਹੜੀ ਇੰਡੀਆਨਾ ਸਟੇਟ ਦੀ ਜਿਹੜੀ ਐਜੂਕੇਸ਼ਨ ਡਿਪਾਰਟਮੈਂਟ ਹੈ ਉਹਨਾਂ ਨੇ ਸਾਨੂੰ ਕਮਿਟਮੈਂਟ ਦਿੱਤੀ ਸੀ ਕਿ ਵੀ ਅਸੀਂ ਤੁਹਾਡਾ ਇੱਕ ਬੰਦਾ ਜਿਹੜਾ ਹੈ ਸਿੱਖਾਂ ਦਾ ਉਹ ਅਸੀਂ ਆਪਣੇ ਡਿਪਾਰਟਮੈਂਟ 'ਚ ਰੱਖਾਂਗੇ ਤਾਂ ਕਿ ਤੁਹਾਡੀ ਨੁਮਾਇੰਦਗੀ ਹੋਏ। ਤੁਸੀਂ ਬਲੀਵ ਨਹੀਂ ਕਰੋਗੇ ਕਿ ਮੈਨੂੰ ਪੜ੍ਹਿਆ ਲਿਖਿਆ ਕੋਈ ਬੰਦਾ ਨਹੀਂ ਲੱਭ ਰਿਹਾ, ਕੋਈ ਉਵੇਂ ਦੇ ਕੋਈ ਜੋ ਅੱਛੇ ਪੜ੍ਹੇ ਲਿਖੇ ਹੈਗੇ ਨੇ ਜਿਨ੍ਹਾਂ ਨੇ ਕਿਸੇ ਐਜੂਕੇਸ਼ਨ ਦੇ ਵਿੱਚ ਕੋਈ ਡਿਗਰੀ ਹਾਸਲ ਕੀਤੀ ਹੋਈ ਹੈ, ਉਹ ਅੱਗੇ ਆਓ, ਅਸੀਂ ਉੱਥੇ ਇੰਡੀਆਨਾ ਸਟੇਟ ਦੇ ਵਿੱਚ ਸਰਕਾਰੀ ਤੌਰ ਦੇ ਉੱਤੇ ਉਹਦੀ ਜੋਬ ਹੈ। ਔਰ ਹੋਰ ਜਿੰਨੇ ਵੀ ਕਿਸੇ ਨੇ ਮਤਲਬ ਕਿ ਫੈਡਰਲ ਲੈਵਲ 'ਤੇ ਜਾਂ ਸਟੇਟ ਲੈਵਲ 'ਤੇ ਕਿਸੇ ਨੇ ਕੋਈ ਇੰਟਰਨਸ਼ਿਪ ਕਰਨੀ ਹੈ, ਕੋਈ ਕੋਈ ਪ੍ਰੋਗਰਾਮ ਨੇ, ਕੋਈ ਜੋਬਸ ਨੇ, ਵੀ ਵਿਲ ਗਿਵ ਅਵਰ ਰੈਫਰੈਂਸ ਲੈਟਰਸ ਔਨ ਦੈਟ ਕਿ ਤਾਂ ਕਿ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਉੱਥੇ ਕਰਾ ਸਕੀਏ। ਜਿੰਨਾ ਸਾਡੀ ਪ੍ਰੈਜੈਂਸ ਪੋਲੀਟੀਕਲ ਪਲੇਟਫਾਰਮ 'ਤੇ ਹੋਏਗੀ, ਸਰਕਾਰੀ ਅਦਾਰਿਆਂ 'ਚ ਹੋਏਗੀ, ਓਨੀ ਅਵੇਅਰਨੈਸ ਵਧੇਗੀ, ਓਨੀ ਅਵੇਅਰ। ਬਿਲਕੁਲ ਜੀ, ਕਿਉਂਕਿ ਬਿਲਕੁਲ ਗੁਰਿੰਦਰ ਸਿੰਘ ਜੀ ਸਹੀ ਆ, ਕਿਉਂਕਿ ਜਿਹੜੀ ਦੂਜੀ ਇੰਡੀਅਨ ਕਮਿਊਨਿਟੀ ਆ ਉਹ ਬਹੁਤ ਜ਼ਿਆਦਾ ਇਨਵੋਲਵ ਹੋ ਗਈ ਆ, ਉਹਨਾਂ ਦੀ ਲੌਬੀ ਵੀ ਸਟਰੋਂਗ ਆ, ਉਹਨਾਂ ਦੇ ਬਹੁਤ ਸਾਰੇ ਜਿਹੜੇ ਕਾਂਗਰਸਮੈਨ ਆ ਉਹਨਾਂ ਦੇ ਆਫਿਸ ਦੇ ਵਿੱਚ ਉਹ ਲੱਗ ਗਏ ਆ, ਪੰਜਾਬੀਆਂ ਨੂੰ ਹੋਣਾ ਪੈਣਾ ਆ। ਹੁਣ ਆਪਾਂ ਦੇਖੋ ਵੀ ਲਗਭਗ ਸਾਰੇ ਸ਼ਹਿਰ ਜਿਹੜੇ ਕਹਿੰਦੇ ਆ ਵੀ ਸਾਨੂੰ ਦਸਤਾਰ ਵਾਲੇ ਪੁਲਿਸ ਆਫਿਸਰ ਚਾਹੀਦੇ ਆ, ਸੈਨੋਜ਼ ਵਾਲੇ ਕਿੰਨੀ ਵਾਰੀ ਕਹਿ ਚੁੱਕੇ ਆ, ਫਿਰ ਆਪਣੇ ਮੁੰਡੇ ਮੋਹਰੇ ਨਹੀਂ ਆਉਂਦੇ, ਅਤੇ ਬਹੁਤ ਸਾਰੇ ਹੈਗੇ ਵੀ ਆ, ਜਿੱਦਾਂ ਹੁਣ ਸਾਡੇ ਮਿਲਪੀੜਾ ਸ਼ਹਿਰ 'ਚ ਦਸਤਾਰਧਾਰੀ ਸਿੱਖ ਆ, ਸੋ ਉਹਦੇ ਨਾਲ ਅਵੇਅਰਨੈਸ, ਜੇ ਇੱਕ ਸ਼ਹਿਰ 'ਚ ਦੋ ਤਿੰਨ ਪੁਲਿਸ ਵਾਲੇ ਦਸਤਾਰਧਾਰੀ ਹੋਊਗੇ ਉਹ ਵੀ ਬਹੁਤ ਜ਼ਿਆਦਾ ਅਵੇਅਰਨੈਸ ਹੁੰਦੀ ਆ। ਬਿਲਕੁਲ ਜੀ, ਤੁਸੀਂ ਸਭ ਤੋਂ ਸੌਖਾ ਤਰੀਕਾ ਆਪਣੇ ਆਈਡੈਂਟੀ ਬਾਰੇ ਦੱਸਣ ਦਾ ਆ ਵੀ ਇਹੋ ਜਿਹੇ ਅਦਾਰਿਆਂ ਦੇ ਵਿੱਚ ਹੋਵੋ, ਤੁਸੀਂ ਸਾਹਮਣੇ ਹੋਵੋ, ਬੰਦਾ ਫਿਰ ਉੱਥੇ ਆਟੋਮੈਟਿਕਲੀ ਜਿਹੜੀ ਉੱਥੇ ਜਿਹੜੀ ਐਜੂਕੇਸ਼ਨ ਉਸਦੇ ਬਾਰੇ ਜਿਹੜੀ ਉਹ ਦੇ ਸਕਦਾ ਹੈ, ਆਪਣੇ ਬਾਰੇ ਉਹ ਆਈਡੈਂਟੀ ਬਾਰੇ ਜਿਹੜੇ ਦੱਸ ਸਕਦਾ ਆ। ਸੋ ਅੱਗੇ ਤੋਂ ਅੱਗੇ ਉਹਨਾਂ ਨੇ ਕਈ ਲੋਕਾਂ ਦੇ ਨਾਲ, ਹਜ਼ਾਰਾਂ ਲੋਕਾਂ ਦੇ ਨਾਲ ਉਹਨਾਂ ਦਾ ਮਿਲਣਾ ਗੁਲਣਾ ਹੁੰਦਾ ਆ, ਸੋ ਗਾਂਹ ਤੋਂ ਗਾਂਹ ਜਿਹੜਾ ਜੀ ਉਹ ਜ਼ਰੂਰ ਅੱਗੇ ਤੱਕ ਜਿਹੜੀ ਗੱਲ ਪਹੁੰਚਦੀ ਆ। ਬਾਕੀ ਜਿਹੜੀ ਇਹਨਾਂ ਦੀ ਇਹ ਗੱਲ ਆ ਵੀ ਜਿਹੜੇ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਐਜੂਕੇਸ਼ਨ ਦੇ ਵਿੱਚ ਜਿਹੜੀ ਸਿੱਖ ਆਈਡੈਂਟੀ ਬਾਰੇ, ਸਿੱਖ ਜਿਹੜੇ ਸਿੱਖਸ ਬਾਰੇ ਜਿਹੜੀ ਇੰਟਰੋਡਕਸ਼ਨ ਆ ਜਾਵੇ ਜਿਹੜੇ ਆਲ ਓਵਰ ਜਿਹੜੇ ਫੈਡਰਲ ਪੱਧਰ ਦੇ, ਤਾਂ ਬੜੀ ਵਧੀਆ ਗੱਲ ਹੋਵੇਗੀ। ਸੋ ਲੈਟ ਸੀ ਵੀ ਤੁਹਾਡੀ ਬੈਟਸੀ ਡਾਇਵਰਸ ਦੇ ਨਾਲ ਜਿਹੜੀ ਆ ਉਹ ਚੰਗੀ ਜਿਹੜੀ ਆ ਸੁਚਾਰੂ ਗੱਲਬਾਤ ਹੋਵੇ, ਉਸ ਤੋਂ ਕੁਛ ਉਹਦੇ ਵਿੱਚੋਂ ਕੁਛ ਪੋਜ਼ਿਟਿਵ ਨਿਕਲੇ। ਅੱਛਾ ਦੋਸਤੀ, ਮੈਂ ਇੱਕ ਹੋਰ ਵੀ ਜਾਣਾ ਮਾੜੀ ਜੀ ਇੱਕ ਦੱਸਣਾ ਚਾਹੁੰਦਾ ਕਿ ਤੇ ਖਾਸ ਕਰਕੇ ਆਪਣੀਆਂ ਜਿਹੜੀਆਂ ਮੇਰੀਆਂ ਭੈਣਾਂ, ਮੇਰੀਆਂ ਬੱਚੀਆਂ, ਸਾਡੀਆਂ ਮਾਵਾਂ ਜਿਹੜੀਆਂ ਸੁਣ ਰਹੀਆਂ ਨੇ ਪ੍ਰੋਗਰਾਮ ਨੂੰ, ਦੇਖੋ ਸਾਡੀਆਂ ਭੈਣਾਂ ਬੱਚੀਆਂ ਮਾਵਾਂ ਸਾਨੂੰ ਬੱਚੇ ਤੋਂ ਪਾਲਦੀਆਂ ਨੇ, ਜੂੜਾ ਰੱਖਦੀਆਂ ਨੇ, ਕਿਵੇਂ ਅਸੀਂ ਉਹ ਛੋਟੇ ਜਿਹੇ ਨੂੰ ਬੱਚਾ ਰੋਂਦਾ ਵੀ ਮੈਂ ਜੂੜਾ ਨਹੀਂ ਕਰਨਾ, ਜਾਂ ਉਹਨੂੰ ਵਾਲ ਅੜਕ ਪੈਂਦੇ ਨੇ, ਉਹਨਾਂ ਨੂੰ ਧੋਣਾ, ਉਹਨਾਂ ਨੂੰ ਸਵਾਰਨਾ, ਉਹਨਾਂ ਦੀ ਦਸਤਾਰ ਕਰਨੀ, ਫਿਰ ਉਹੀ ਬੱਚੇ ਜਦੋਂ ਥੋੜ੍ਹੇ ਜਿਹੇ ਵੱਡੇ ਹੋ ਜਾਂਦੇ ਨੇ, 14-15 ਸਾਲ ਦੇ, 16 ਸਾਲ ਦੇ ਹੁੰਦੇ ਨੇ, ਜਦੋਂ ਉਹ ਸਕੂਲਾਂ ਜਾਂਦੇ ਨੇ ਜਾਂ ਮੇਨ ਸਟ੍ਰੀਮ ਜਦੋਂ ਪਹੁੰਚਦੇ ਨੇ ਰੀਅਲ ਲਾਈਫ ਦੇ ਵਿੱਚ, ਉਹ ਦੇਖਦੇ ਨੇ ਯਾਰ ਸਾਡੀ ਐਕਸੈਪਟੈਂਸ ਨਹੀਂ ਹੈਗੀ ਸਾਨੂੰ, ਮਤਲਬ ਕਿ ਉਹ ਇਨਫਿਰਿਟੀ ਕੰਪਲੈਕਸ ਫੀਲ ਕਰਦੇ ਨੇ, ਉਹ ਆਪਣੇ ਆਪ ਐਕਸੈਪਟ ਨਹੀਂ ਮਹਿਸੂਸ ਕਰਦੇ, ਆਈਸੋਲੇਟਡ ਮਹਿਸੂਸ ਕਰਦੇ ਨੇ, ਉਹ ਤਾਂ ਕਰਦੇ ਨੇ ਕਿਉਂਕਿ ਆਮ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਬਾਰੇ, ਔਰ ਉਹਨਾਂ ਦੀ ਐਕਸੈਪਟੈਂਸ ਤਾਂ ਹੀ ਹੋਏਗੀ ਜੇ ਅਵੇਅਰਨੈਸ ਹੋਏਗੀ। ਸਾਨੂੰ ਇਹ ਸੋਚ ਕੇ ਯਾਰ ਉਹ ਸਾਡੀਆਂ ਮਾਵਾਂ, ਉਹ ਸਾਡੀਆਂ ਭੈਣਾਂ, ਉਹ ਸਾਡੀਆਂ ਬੱਚੀਆਂ, ਉਹ ਜਿਨ੍ਹਾਂ ਨੇ ਇੰਨੇ ਲਾਡਾਂ ਦੇ ਨੇ ਚਾਰਵਾਂ ਦੇ ਨਾਲ 18-20 ਸਾਲ ਤੱਕ ਬੱਚੇ ਨੂੰ ਦਾੜੀ ਕੇਸ 'ਚ ਰੱਖਿਆ, ਉਹਨੂੰ ਸਵਾਰਿਆ, ਉਹਨੂੰ ਸਿੱਖੀ ਸਰੂਪ 'ਚ ਰੱਖਿਆ, ਔਰ ਉਸ ਤੋਂ ਬਾਅਦ ਜਦੋਂ ਉਹ ਕਰਦੇ ਨੇ ਉਹਨਾਂ ਦੇ ਉੱਤੇ ਕੀ ਗੁਜ਼ਰਦੀ ਹੋਏਗੀ। ਇਸ ਕਰਕੇ ਮੈਂ ਚਾਹੁੰਦਾ ਕਿ ਸਾਡੀ ਜਿਹੜੀ ਇਹ ਜਿਹੜਾ ਸਿੱਖਸ ਪੈ ਕੇ ਇਹਦਾ ਮਿਸ਼ਨ ਦੋ ਹੀ ਨੇ, ਨੰਬਰ ਇੱਕ ਤਾਂ ਅਸੀਂ ਚਾਹੁੰਦੇ ਹਾਂ ਆਉਣ ਵਾਲਾ ਸਾਡਾ ਯੂਥ ਪੋਲੀਟਿਕਸ ਦੇ ਵਿੱਚ ਆਏ, ਵੀ ਆਰ ਦੀ ਪਲੇਟ
financial and physical platform for anybody who is inspired to get into politics. So they naal naal assi unna nu assi unna ni internship karawange. Hun assi 5-4 bacche la rahe haan Indiana de governor de naal ya Indiana da aun wale secretary of state da jehda election hai ohde vich assi la rahe haan taaki ajj jehde bacche sade campaign de naal chalange unna bachyan di appointment hoegi. Eh aapan jehda oh ik aisa open kar rahe haan jithe ki kyunki inna de vich milne waste unna politics de vich aun waste sanu ik platform chahida. ਉਹ ਦੇ ਨਾਲ ਨਾਲ ਜਿਹੜੀ ਦੂਜੀ ਜਿਹੜੀ ਤੁਹਾਨੂੰ ਦੱਸਿਆ ਮੈਂ ਦੁਬਾਰਾ ਫਿਰ ਕਰ ਦਿਆਂ ਕਿ ਤਿੰਨ ਮੇਨ ਕੰਮ ਨੇ ਨੰਬਰ ਇੱਕ ਤਾਂ ਜਿਹੜਾ ਵੀ ਅਮਰੀਕਾ ਦਾ ਲੋਕਲ ਸਟੇਟ ਤੇ ਫੈਡਰਲ ਲੈਵਲ ਦੇ ਉੱਤੇ ਕੋਈ ਵੀ ਪੋਲੀਟੀਸ਼ੀਅਨ ਜਾਂ ਪਾਰਟੀ ਸਾਡੇ ਸਿੱਖ ਏਜੰਡੇ ਤੇ ਕੰਮ ਕਰੇਗੀ ਅਸੀਂ ਉਹਦੀ ਫਿਜ਼ੀਕਲ ਤੇ ਫਾਈਨੈਂਸ਼ੀਅਲ ਸਪੋਰਟ ਕਰਾਂਗੇ ਦੂਜੀ ਉਹ ਜਿਹੜੇ ਉਹਨਾਂ ਦੀ ਸਪੋਰਟ ਕਰਾਂਗੇ ਜਿਹੜੇ ਸਾਡੇ ਸਿੱਖੀ ਜਿਹੜੀ ਪਬਲਿਕ ਸਕੂਲਾਂ ਦੇ ਵਿੱਚ ਲਵਾਉਣ ਵਾਸਤੇ ਅੱਗੇ ਆਉਣਗੇ ਮੇਨ ਸਟ੍ਰੀਮ ਪੋਲੀਟੀਸ਼ੀਅਨ ਜਿਹੜੇ ਨੇ ਤੀਸਰੀ ਸਾਡੀ ਇਹ ਹੈਗੀ ਹੈ ਕਿ ਅਸੀਂ ਆਪ ਹੀ ਚਾਹੁੰਦੇ ਹਾਂ ਕਿ ਸਾਡੇ ਆਪਣੇ ਬੱਚਿਆਂ ਨੂੰ ਅਸੀਂ ਤਿਆਰ ਕੀਤਾ ਜਾਏ ਤਾਂ ਕਿ ਉਹਦੇ ਵਿੱਚ ਆਉਣ ਜੀ ਜੀ ਬਹੁਤ ਬਹੁਤ ਧੰਨਵਾਦ ਤੇ ਗੁਰਿੰਦਰ ਸਿੰਘ ਜੀ ਕੋਈ ਵੀ ਜਿਹੜਾ ਤੁਹਾਡਾ ਪ੍ਰੋਗਰਾਮ ਹੁੰਦਾ ਇੰਡੀਆਨਾ ਸਟੇਟ ਦੇ ਵਿੱਚ ਕਿਸੇ ਤਰ੍ਹਾਂ ਦਾ ਤੁਸੀਂ ਉਹਦੀ ਕੋਈ ਅਨਾਊਂਸਮੈਂਟ ਕਰਨੀ ਹੋਵੇ ਤੇ ਤੁਸੀਂ ਹਮੇਸ਼ਾ ਹੀ ਪੰਜਾਬੀ ਰੇਡੀਓ USA ਤੁਸੀਂ ਕਾਲ ਕਰ ਸਕਦੇ ਤਾਂ ਆਪਣੇ ਸਰੋਤਿਆਂ ਦੇ ਨਾਲ ਆਪਾਂ ਜ਼ਰੂਰ ਉਹ ਜਾਣਕਾਰੀ ਸਾਂਝੀ ਕਰਾਂਗੇ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡਾ ਲੈਣ ਦਾ ਔਰ ਮੈਂ ਰੀਅਲੀ ਐਪਰੀਸ਼ੀਏਟ ਮੈਂ ਖਾਲਸਾ ਜੀ ਤੋਂ ਦੇਖੋ ਬੜੇ ਅੱਛੇ ਰਿਲੇਸ਼ਨ ਨੇ ਬੜੇ ਇੰਨੇ ਸਾਲਾਂ ਤੋਂ ਅਸੀਂ ਤਾਂ ਜਦੋਂ ਛੋਟੇ ਛੋਟੇ ਆਏ ਸੀਗੇ ਉਦੋਂ ਦੇ ਮਤਲਬ ਪਹਿਲੀ ਵਾਰੀ ਤੁਹਾਨੂੰ ਦੱਸਿਆ ਕਿ ਤੁਹਾਡੇ ਕੋਲ ਇੰਸ਼ੋਰੈਂਸ ਕਰਵਾਈ ਸੀ ਉਦੋਂ ਸੋ ਬਹੁਤ ਬਹੁਤ ਧੰਨਵਾਦ ਗੁਰਿੰਦਰ ਸਿੰਘ ਜੀ ਬੜੀ ਤੁਸੀਂ ਵਧੀਆ ਜੋਬ ਥੈਂਕਲੈਸ ਜੋਬ ਹੈਗੀ ਆ ਇਹ ਕੋਲੋਂ ਪੈਸੇ ਲਾ ਕੇ ਸਾਰਾ ਵਧੀਆ ਕੰਮ ਕਰ ਰਹੇ ਆ ਸਿੱਖ ਅਵੇਅਰਨੈਸ ਦੇ ਲਈ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ sikhpac.com ਸਿਕਸ ਪੈਕ ਪੋਲੀਟੀਕਲ ਐਕਸ਼ਨ ਕਮੇਟੀ ਜਿਹਨੂੰ ਕਿਹਾ ਜਾਂਦਾ ਆ ਸੋ ਉਹ ਆ ਕਿਉਂਕਿ ਰਾਈਮ ਕਿਸੇ ਹੋਰ ਨਾਂ ਦੇ ਨਾਲ ਕਰ ਜਾਂਦਾ ਬੰਦੇ ਕਈ ਵਾਰੀ ਨਹੀਂ ਲੱਭਦੀ ਵੈਬਸਾਈਟ ਸੋ ਸਿਕਸ PAC.com ਉਸ ਦੇ ਉੱਤੇ ਜਾ ਕੇ ਹੋਰ ਜਾਣਕਾਰੀ ਲੈ ਸਕਦੇ ਹਾਂ ਸੋ ਬਿਲਕੁਲ ਰਾਜਕਰਨਵੀਰ ਸਿੰਘ ਜੀ ਸਾਡਾ ਜਿਹੜਾ ਸਮਾਂ ਆ ਉਹ ਵੀ ਸਮਾਪਤ ਹੋਣ ਵਾਲਾ ਪਰ ਸਮੇਂ ਤੋਂ ਪਹਿਲਾਂ ਇੱਕ ਜਿਹੜੀ ਖਬਰ ਅਸੀਂ ਜ਼ਰੂਰ ਹੋਰ ਸਾਂਝੀ ਕਰਨੀ ਆ ਵੀ ਜਿਹੜਾ ਸਰੋਤਿਆਂ ਨੂੰ ਯਾਦ ਹੋਊਗਾ ਵੀ ਜਨਵਰੀ 26, 2015 ਨੂੰ ਇੱਕ ਆਪਣੀ ਪੰਜਾਬੀ ਕੁੜੀ ਕਿਰਨ ਪੱਬਲਾ 24 ਸਾਲਾਂ ਦੀ ਸੀ ਉਹ ਸੈਨੋਜ਼ੇ ਦੇ ਵਿੱਚ ਵਾਕ ਕਰ ਰਹੀ ਸੀ ਜਦੋਂ ਇੱਕ ਮਕਸੀਕੇ ਨੇ ਜਿਹੜੇ ਉਹ ਕਾਰਾਂ ਦੀ ਰੇਸ ਲਾ ਰਹੇ ਸੀ ਉਹਨੂੰ ਉਹਦੇ 'ਤੇ ਕਾਰ ਚਾੜ ਦਿੱਤੀ ਅਤੇ ਉਹਦੀ ਉਸੇ ਟਾਈਮ 'ਤੇ ਡੈਥ ਹੋ ਗਈ ਸੀ ਬਿਲਕੁਲ ਅਤੇ ਕਈ ਵਾਰੀ ਇੱਦਾਂ ਲੱਗਦਾ ਵੀ ਅਮਰੀਕਾ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਬਹੁਤ ਸਟਰੋਂਗ ਆ ਪਰ ਇਹੋ ਜਿਹੜਾ ਇਹ ਮਾਮਲਾ ਆਇਆ ਇਸ ਮਾਮਲੇ ਦੇ ਵਿੱਚ ਜਿਹੜਾ ਗੈਬਰੀਅਲ ਐਸਪਰਾਜ਼ਾ ਸੀ ਸੈਨੋਜ਼ੇ ਦਾ ਰਹਿਣ ਵਾਲਾ ਸੀ ਉਸ ਨੂੰ ਮਹਿਜ 1 ਸਾਲ ਦੀ ਜਿਹੜੀ ਸਜ਼ਾ ਹੋਈ ਆ ਅਜੇ ਇਹਦੇ ਉੱਤੇ ਵਹੀਕਲ ਮੈਨ ਸਲੋਟਰ ਵਿਦ ਗਰੋਸ ਨੈਗਲੀਜੈਂਸ ਕੋਜ਼ਿੰਗ ਗ੍ਰੇਟ ਬੋਡੀਲੀ ਇੰਜਰੀ ਦੇ ਜਿਹੜੇ ਚਾਰਜਿਸ ਜਿਹੜੇ ਉਹ ਲੱਗੇ ਸੀ 3 ਸਾਲ ਦੀ ਜਿਹੜੀ ਪ੍ਰੋਬੇਸ਼ਨ 300 ਘੰਟੇ ਦੀ ਕਮਿਊਨਿਟੀ ਸਰਵਿਸ ਜਿਹੜੀ ਆ ਉਸ ਬੰਦੇ ਦੇ ਉੱਤੇ ਜਿਹੜੀ ਆ ਸਿਰਫ ਲਾਈ ਗਈ ਆ ਸੋ ਬੇਸਿਕਲੀ ਜਿਹਨੂੰ ਕਿਹਾ ਜਾਂਦਾ ਆ ਇੱਕ ਅੰਗਰੇਜ਼ੀ ਦੇ ਵਿੱਚ ਸਲੈਂਗ ਹੁੰਦਾ ਆ ਜੀ ਜਿਹੜਾ ਸਲੈਪ ਔਨ ਦਾ ਰਿਸਟ ਉਹ ਚੀਜ਼ ਬੇਸਿਕਲੀ ਆ ਵੀ ਬੰਦਾ ਤੁਸੀਂ ਮਾਰਤਾ ਆ ਮਾੜੀ ਜਿਹੀ ਇੱਕ ਚਪੇੜ ਦੇ ਨਾਲ ਜਿਹੜਾ ਆ ਉਹ ਉਹਨੂੰ ਸਜ਼ਾ ਦਿੱਤੀ ਗਈ ਤੁਸੀਂ ਦੇਖੋ ਵੀ 24 ਸਾਲਾਂ ਦੀ ਕੁੜੀ ਉਹ ਸਟੂਡੈਂਟ ਸੀ ਉਹਨੂੰ ਮਾਰਿਆ ਗਿਆ ਰੇਸ ਲਾਉਂਦੇ ਸੀ ਜੀ ਕਾਰਾਂ ਦੀ ਰੇਸ ਲਾਉਂਦੇ ਸੀ ਉਹ ਵਿਚਾਰੀ ਵਾਕ ਕਰ ਰਹੀ ਸੀ ਸਾਈਡ ਵਾਕ ਤੇ ਜੀ ਤੇ ਉਹ ਜਿਹੜੇ ਬੰਦੇ ਨੇ ਮਾਰਿਆ ਤੇ ਉਹਨੂੰ ਸਿਰਫ ਸਜ਼ਾ ਹੋਈ ਆ 1 ਸਾਲ ਦੀ ਤੇ 3000 ਘੰਟੇ ਦੀ ਕਮਿਊਨਿਟੀ ਸਰਵਿਸ 300 ਘੰਟੇ ਦੀ 300 ਆਵਰ ਕਮਿਊਨਿਟੀ ਸਰਵਿਸ ਸੋ ਬਹੁਤ ਹੀ ਘੱਟ ਇਹ ਸਜ਼ਾ ਹੈਗੀ ਆ ਇਹ ਜ਼ਰੂਰ ਆਪਣੀ ਕਮਿਊਨਿਟੀ ਨੂੰ ਬੋਲਣਾ ਚਾਹੀਦਾ ਇਹਦੇ ਖਿਲਾਫ ਜਿਹੜਾ ਸੰਤਾ ਕਲਾਰਾ ਡਿਸਟ੍ਰਿਕਟ ਅਟਾਰਨੀ ਆ ਉਹਨੂੰ ਵੀ ਕੰਟੈਕਟ ਕਰਨਾ ਚਾਹੀਦਾ ਹੈਗਾ ਆ ਵੀ ਇਹ ਤਾਂ ਜਿੱਦਾਂ ਬਹੁਤ ਮਾੜੀ ਗੱਲ ਹੈਗੀ ਆ ਭਈ ਇੱਕ ਤੁਸੀਂ 24 ਸਾਲਾਂ ਦੀ ਕੁੜੀ ਮਾਰ ਦਿੱਤੀ ਅਤੇ ਉਹ ਸਜ਼ਾ ਦਿੱਤੀ ਸਿਰਫ 1 ਸਾਲ ਦੀ ਬੰਦੇ ਨੂੰ ਹੈ ਨਾ ਜੀ ਜੀ ਬਿਲਕੁਲ ਸੋ ਇਹ ਸਟਰੀਟ ਰੇਸਿੰਗ ਕਰਦੇ ਸੀਗੇ ਆਲਰੇਡੀ ਨੈਗਲੀਜੈਂਸ ਸੀ ਰੈਕਲੈਸ ਡਰਾਈਵਿੰਗ ਸੀ ਉਹ ਸਾਰਾ ਕੁਛ ਸੀ ਉੱਤੋਂ 1 ਜਣੇ ਦੀ ਇਹਨਾਂ ਨੇ ਜਾਨ ਵੀ ਲੈ ਲਈ ਅਤੇ ਬਹੁਤ ਮਾੜਾ ਹੋਇਆ ਇਹ ਚੀਜ਼ ਇਸ ਦੇ ਵਿੱਚ ਸਾਨੂੰ ਸਖ਼ਤ ਸਜ਼ਾ ਦੀ ਜਿਹੜੀ ਉਮੀਦ ਸੀਗੀ ਪਰ ਉਹ ਗੱਲ ਜਿਹੜੀ ਉਹ ਬਣੀ ਨਹੀਂ ਸੋ ਸਰੋਤਿਓ ਜਿਹੜਾ ਹੁਣ ਅੱਜ ਦਾ ਪ੍ਰੋਗਰਾਮ ਆ ਉਹ ਵੀ ਹੁਣ ਇੱਥੇ ਹੀ ਸਮਾਪਤ ਹੈ ਮਿਲਾਂਗੇ ਤੁਹਾਨੂੰ ਅਗਲੀ ਵਾਰ ਕੱਲ੍ਹ ਨੂੰ ਇੱਕ ਵਾਰੀ ਫਿਰ ਉਦੋਂ ਤੱਕ ਲਈ ਇਜਾਜ਼ਤ ਲੈਂਦੇ ਹਾਂ ਮੈਨੂੰ ਰਾਜਕਰਨਵੀਰ ਸਿੰਘ ਅਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਵਾਸਤੇ ਰਹੋ ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA